जी दोस्तों, रेडियो चैन पर देसी तुसी सुन रहे हो, चैन पर देसी रेडियो ते गगनदीप एक बार फिर तू हाजिर है। प्रोग्राम का नाम है जी संदीप लाइव। सो गुरप्रीत चाहल जी की जगह ते आज दे प्रोग्राम दे एक घंटे दे विच तुहाडी सारयां दे नाल रहूंगी मैं ते गल्लां करांगे। एक बड़ा इंटरेस्टिंग जा सोहना जा विशा लैके आए हैं जिहड़ा सानू दुबारा ना साडे स्कूलां दे विच लै जाऊगा। ते अज फिर असीं स्कूलां दे विच दुबारा तो पहुंचांगे जी। बहुत सारियां यादां जिहड़ियां ने उन्हां नूं तरोताजा करांगे, पर उस तों पहलां पौनियां तुहाडे सारयां दे नाल इक विचार दी सांझ। जे गलतियां तो सिख लिया जावे तो वह गलतियां नहीं रहिंदियां, जीवन दे सबक बन जांदे ने। जे जीवन दे सबक लैणे ने ते फिर गलतियां जिहड़ियां ने उन्हां तों हर दिन सिखण दी आदत पौनी पैणी आ। ते जे सानूं इह आदत पै गई तां असीं जिंदगी दे विच चंगे चंगे सबक जड़े आ उन्हां दा पूरा भंडार इकट्ठा करांगे। ते जदों चंगे सबकां दा भंडार इकट्ठा हो जांदा ते फिर गलतियां जिहड़ियां ने ना उन्हां दी गुंजाइश नहीं रहिंदी, गलतियां दी गुंजाइश अपने आप खत्म हो जांदी आ। सो इस करके जिंदगी दे विच हर गलती जिहड़ी आ उसनूं ज्ञानवान अध्यापक समझ के उस सिख्या असीं जरूर लैणी आ। चलदियां जी फिर प्रोग्राम दे अगले विषय दे वल। उम्मीद है तुहानूं अज दा विचार जरूर लग्या होगा चंगा। प्रोग्राम संदीप लाइव दे विच साडा जिहड़ा विशा हैगा आ ओह हैगा जी फट्टी दवात सरकड़े दी कलम। सो ए तीनों चीजां दा सुमेल जिहड़ा है साडी जिंदगी दे विच पढ़ाई दी शुरुआत करन दी शुरुआत वेले साडे नाल सहयोग बना के चलिया। सो तुसी अज किन्नी सोहनी फट्टी लिखदे हुंदे सी, कलमां किवें घड़दे हुंदे सी, किन्नियां किन्नियां कलमां तुहाडे झोले च हुंदियां सी? क्योंकि अजकल दे स्कूल बैग हो गए ने ना, पर उस वेले साडे स्कूल बैग नहीं हुंदे सी, उस वेले साडे कोल हुंदे सी झोले। ते बैठण दे लई तप्पड़ भी नहीं हुंदे सी, जिहनूं अजकल टाट भी कह दिंदे आ। खैर अजकल ते मैनूं लगदा वी टाट भी खत्म हो गया, हुण ते बैंच चल पए। पर उस वेले असी अपणियां ही बोरियां जिहड़ियां लजांदे सी ते घरदिआं नाल लड़ाईआं वी हुंदियां सी ਵੀ ਜੇ ਦੋ ਤਿੰਨ ਭੈਣ ਭਰਾ ਹੁੰਦੇ ਸੋਹਣੀ ਜਿਹੀ ਬੋਰੀ ਹੁੰਦੀ ਤੇ ਉਹਨੇ ਕਹਿਣਾ ਮੈਂ ਲੈਣੀ ਹੈ ਮੈਂ ਲੈਣੀ ਹੈ। ਤੇ ਉਹ ਲੜਾਈਆਂ ਵੀ ਜਿਹੜੀਆਂ ਨੇ ਅੱਜ ਸਾਡੇ ਜ਼ਹਿਨ ਦੇ ਵਿੱਚ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਜ਼ਰੂਰ ਤਰੋ ਤਾਜ਼ਾ ਹੋਣਗੀਆਂ ਕਿ ਕਿਵੇਂ ਅਸੀਂ ਬੋਰੀਆਂ ਪਿੱਛੇ ਲੜਾਈਆਂ ਕਰਦੇ ਸੀ। ਜੇ ਟਾਟ ਸਾਨੂੰ ਵਿਸ਼ੇ ਵਿਸ਼ਾਏ ਮਿਲ ਜਾਂਦੇ ਸੀ ਤੇ ਜਗ੍ਹਾ ਰੋਕ ਲੈਂਦੇ ਸੀ ਵੀ ਇੱਥੇ ਅਸੀਂ ਬੈਠਣਾ, ਇੱਥੇ ਸਾਡੇ ਨਾਲ ਦੇ ਜਿਹੜੇ ਸਾਡੀਆਂ ਸਹੇਲੀਆਂ ਸਾਡੇ ਦੋਸਤ ਨੇ ਉਹ ਬੈਠਣਗੇ। ਤੇ ਉਹ ਜਗ੍ਹਾ ਰੋਕਣ ਪਿੱਛੇ ਵੀ ਲੜਾਈਆਂ ਹੁੰਦੀਆਂ ਸੀ ਤੇ ਜਿਹੜੀਆਂ ਵਿਚਾਰੀਆਂ ਫੱਟੀਆਂ ਹੁੰਦੀਆਂ ਸੀ ਉਹ ਸਾਡੀ ਲਿਖਾਈ ਨੂੰ ਵੀ ਸੁਧਾਰਦੀਆਂ ਸੀ ਤੇ ਜਦੋਂ ਲੜਾਈ ਹੋ ਜਾਂਦੀ ਨਾ ਫਿਰ ਫੱਟੀਆਂ ਹਥਿਆਰ ਵੀ ਬਣ ਜਾਂਦੀਆਂ ਸੀ। ਸੋ ਫੱਟੀਆਂ ਨੂੰ ਤੁਸੀਂ ਹਥਿਆਰ ਦੇ ਰੂਪ ਦੇ ਵਿੱਚ ਕਿੰਨੇ ਵਾਰ ਇਸਤੇਮਾਲ ਕੀਤਾ ਤੇ ਕਲਮ ਕਿਵੇਂ ਘੜਦੇ ਸੀ? ਕਲਮ ਘੜਦੇ ਘੜਦੇ ਕਈ ਵਾਰ ਉਂਗਲਾਂ ਹੀ ਵੱਡੀਆਂ ਜਾਂਦੀਆਂ ਸੀ ਹਨਾ, ਕਦੇ ਕਰਦ ਵੱਜ ਜਾਣੀ, ਕਦੇ ਚਾਕੂ ਵੱਜ ਜਾਣਾ, ਤੇ ਕਈ ਵਾਰ ਤਾਂ ਫਿਰ ਮਾਸਟਰਾਂ ਨੇ ਡਰਦੇ ਹੋਏ ਨਾ ਕਲਮਾਂ ਘੜ ਕੇ ਦੇਣੀਆਂ, ਵੀ ਪਤਾ ਹੁੰਦਾ ਸੀ ਵੀ ਜਵਾਕ ਜਿਹੜੇ ਨਿਆਣੇ ਨੇ ਹੱਥ ਹੱਥ ਵਢਾ ਬੈਠਣਗੇ। ਸੋ ਇਹੀ ਸਾਰੀਆਂ ਗੱਲਾਂ। ਤੇ ਫਿਰ ਜਿਹੜੀ ਦਵਾਤ ਹੁੰਦੀ ਸੀ ਨਾ ਉਹਦਾ ਢੱਕਣ ਜਾਂ ਫਿਰ ਡਾਟਾ ਕਹਿ ਸਕਦੇ ਨਾ, ਉਹ ਆਪਾਂ ਕਿਵੇਂ ਤਿਆਰ ਕਰਦੇ ਹੁੰਦੇ ਸੀ, ਕਿਹੜੇ ਡਾਟੇ ਹੁੰਦੇ ਸੀ ਔਰ ਕਿਵੇਂ ਰੰਗ ਬਿਰੰਗੇ ਅਸੀਂ ਸੰਭਾਲ ਸੰਭਾਲ ਕੇ ਰੱਖਦੇ ਸੀ, ਸ਼ੀਸ਼ੀਆਂ ਭਰੀਆਂ ਹੁੰਦੀਆਂ ਸੀ। ਸੋ ਇਹ ਸਾਰੀਆਂ ਗੱਲਾਂ ਅੱਜ ਦੇ ਮੰਚ ਤੇ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਫਟਾਫਟ ਫੋਨ ਨੰਬਰ ਚੰਨ ਪਰਦੇਸੀ ਰੇਡੀਓ ਦਾ ਕਰ ਲਓ ਨੋਟ, +91 ਜ਼ਰੂਰ ਲਗਾ ਲਿਓ 7626983391। ਭਾਰਤੀ ਸਟੂਡੀਓ ਦਾ ਨੰਬਰ ਹੈ ਜਿਸ ਦੇ ਵਿੱਚ ਤੁਹਾਡੀ ਸਾਂਝ ਬਣਾਉਣ ਦੇ ਲਈ ਇਹ ਮਦਦ ਕਰੂਗਾ। ਨੰਬਰ ਫਿਰ ਮੈਂ ਰਿਪੀਟ ਕਰ ਦਿੰਦੀ ਹਾਂ, +91 ਲਗਾ ਲਿਓ 7626983391। ਭਾਰਤੀ ਸਟੂਡੀਓ ਦਾ ਨੰਬਰ, ਇਸ ਨੂੰ ਸੇਵ ਕਰ ਲਓ। ਜੇਕਰ ਤੁਹਾਡੇ ਕੋਲ ਰੇਡੀਓ ਚੰਨ ਪਰਦੇਸੀ ਦੇ ਇੰਟਰਨੈਸ਼ਨਲ ਨੰਬਰ ਹੈਗੇ ਨੇ ਤੇ ਫਿਰ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਉਹਨਾਂ ਨੰਬਰਾਂ ਨੂੰ ਡਾਇਲ ਕਰਕੇ ਇਸ ਮੰਚ ਤੇ ਆ ਕੇ ਸਾਡੇ ਨਾਲ ਜੁੜ ਸਕਦੇ ਹੋ ਤੇ ਸਾਨੂੰ ਆਪਣੇ ਨਾਲ ਲਿਜਾ ਸਕਦੇ ਹੋ ਜੀ ਆਪਣੇ ਪ੍ਰਾਇਮਰੀ ਸਕੂਲ, ਜਿਹਦੇ ਵਿੱਚ ਯਾਦਾਂ ਜਿਹੜੀਆਂ ਅੱਜ ਵੀ ਸਾਡੀਆਂ ਸਮਾਈਆਂ ਹੋਈਆਂ ਨੇ ਸਾਡੇ ਦਿਲਾਂ ਦੇ ਵਿੱਚ, ਅੱਜ ਵੀ ਸਕੂਲ ਦੇ ਉਹ ਦਿਨ ਧੜਕਦੇ ਨੇ। ਤੇ ਸਾਡੇ ਨਾਲ ਬਹੁਤ ਸਾਰੇ ਸਰੋਤੇ ਜਿਨ੍ਹਾਂ ਦੀ ਸਾਂਝ ਬਣ ਗਈ ਹੈ ਮੇਰੇ ਕੋਲੇ ਲਗਾਤਾਰ, ਤੁਹਾਡੇ ਬਹੁਤ ਸਾਰੇ ਸੁਨੇਹੇ ਵੀ ਪਹੁੰਚ ਗਏ ਨੇ। ਸਭ ਤੋਂ ਪਹਿਲਾਂ ਤੇ ਤਮਾਮ ਸਰੋਤਿਆਂ ਤੋਂ ਮਾਫੀ ਚਾਹੂੰਗੀ ਕਿ ਦੀਪ ਲਾਈਵ ਸ਼ੋਅ ਦੇ ਵਿੱਚ ਦੋ ਦਿਨਾਂ ਤੋਂ ਤੁਹਾਡੇ ਨਾਲ ਸਾਂਝ ਨਹੀਂ ਬਣੀ ਹੈ, ਪਰ ਹਾਂ ਸੰਦੀਪ ਲਾਈਵ ਪ੍ਰੋਗਰਾਮ ਦੇ ਵਿੱਚ ਦੇਖੋ ਅੱਜ ਆਪਾਂ ਆ ਗਏ ਹਾਂ ਤੇ ਅੱਜ ਫਿਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਘੰਟਾ ਤੁਹਾਡੇ ਨਾਲ ਸਾਂਝ ਵੀ ਬਣਾਵਾਂਗੇ, ਤੁਹਾਡੀਆਂ ਗੱਲਾਂ ਬਾਤਾਂ ਵੀ ਸੁਣਾਂਗੇ ਤੇ ਸੁਨੇਹੇ ਮੇਰੇ ਕੋਲ ਬਹੁਤ ਸਾਰੇ ਨੇ, ਕਾਲਸ ਵੀ ਤੁਹਾਡੀਆਂ ਸ਼ੁਰੂ ਹੋ ਗਈਆਂ ਨੇ। ਫਿਰ ਪਹਿਲਾਂ ਆਪਾਂ ਕਾਲ ਦੇ ਜ਼ਰੀਏ ਜੁੜੇ ਸਰੋਤੇ ਜਿਹੜੇ ਹੈਗੇ ਉਹਨਾਂ ਵੱਲ ਚੱਲਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਫਿਰ ਤੁਹਾਡੇ ਜਿਹੜੇ ਸੁਨੇਹੇ ਨੇ ਉਹਨਾਂ ਦੀ ਦੁਨੀਆ ਵੱਲ ਆਵਾਂਗੇ ਤੇ ਪਾਈਏ ਸਾਂਝ। ਸਾਡੇ ਪਹਿਲੇ ਕਿਹੜੇ ਸਰੋਤੇ ਨੇ ਜਿਹੜੇ ਸਾਨੂੰ ਆਪਣੇ ਨਾਲ ਪ੍ਰਾਇਮਰੀ ਸਕੂਲ ਦੇ ਵਿੱਚ ਲੈ ਕੇ ਜਾਣ ਵਾਲੇ ਨੇ? ਸੋ ਸਵਾਗਤ ਜੀ ਪ੍ਰੋਗਰਾਮ ਚ। ਹੈਲੋ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਹੋ, ਕੀ ਸ਼ੁਭ ਨਾਮ, ਕਿੱਥੋਂ ਪ੍ਰੋਗਰਾਮ ਨਾਲ ਸਾਂਝ ਬਣਾਈ ਤੇ ਕਿਹੜੇ ਪ੍ਰਾਇਮਰੀ ਸਕੂਲ ਦੇ ਵਿੱਚ ਅਸੀਂ ਤੁਹਾਡੇ ਨਾਲ ਚੱਲ ਰਹੇ ਹਾਂ? ਮੈਂ ਹਰਜਿੰਦਰ ਸਿੰਘ ਜੀ, ਤੱਤੀ ਸੁੱਖੂ, ਨਥਾਣਾ, ਹਰਿਆਣਾ। ਨਹੀਂ ਹੁਣ ਤਾਂ ਮੈਨੂੰ ਵੀ ਪਤਾ ਲੱਗ ਗਿਆ ਵੀ ਨਥਾਣਾ, ਹੁਣ ਮੈਂ ਹਰਿਆਣਾ ਨੀ ਕਹਿਣਾ। ਸੋ ਅੱਛਾ, ਮਤਲਬ ਅਸੀਂ ਨਥਾਣੇ ਦੇ ਪ੍ਰਾਇਮਰੀ ਸਕੂਲ ਚ ਜਾ ਰਹੇ ਹਾਂ ਤੁਹਾਡੇ ਨਾਲ। ਤੇ ਹਰਜਿੰਦਰ ਜੀ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਚ, ਕਿਹੜੀ ਗੱਲ ਸੁਣਾਓਗੇ ਅੱਜ ਸਾਨੂੰ? ਬਸ ਜੀ ਪੱਟੀਆਂ ਕਲਮ ਦਵਾਤਾਂ ਜੀ ਬਹੁਤ ਲਿਖੀਆਂ ਸੁੱਖ ਨਾਲ ਬਸ, ਤੇ ਪੜ੍ਹਾਈ ਦੇ ਦੌਰਾਨ ਫੱਟੀਆਂ ਲਿਖਣ ਤੇ ਮੈਨੂੰ ਇੱਕੋ ਹੀ ਘਾਟਾ ਪੈਂਦਾ ਰਿਹਾ। ਅੱਛਾ, ਉਹ ਕਿਹੜਾ? ਉਹ ਵੀ ਐ ਮਤਲਬ ਕਿ ਮੇਰੀ ਸਪੀਡ ਹੁੰਦੀ ਸੀ ਜਿਵੇਂ ਹੁਣ
5G ਆ ਗਈ ਜੀ, ਮੇਰੀ ਸਪੀਡ 2G ਹੀ ਹੁੰਦੀ ਸੀ ਤੇ ਮਤਲਬ ਸਲੋ ਬਹੁਤ ਸੀਗੀ ਜੀ, ਤੇ ਜਦੋਂ ਪੱਟੀ ਲਿਖਣ ਲੱਗਦੇ ਤੇ ਅੱਧੀ ਛੁੱਟੀ ਵੇਲੇ ਤੋਂ ਬਾਅਦ ਮਾਸਟਰ ਫਿਰ ਕਹਿੰਦੇ ਜੀ ਪੱਟੀਆਂ ਲਿਖ ਸਲੋ, ਜਿਹੜਾ ਲਿਖ ਦੂ ਉਹਨੂੰ ਸਾਰਿਆਂ ਨੂੰ ਪਹਿਲਾਂ ਛੁੱਟੀ, ਤੇ ਮੈਂ ਹਮੇਸ਼ਾ ਹੀ 5 ਵਜੇ ਘਰੇ ਆਉਣਾ ਹੁੰਦਾ ਇੰਨੀ ਸਪੀਡ ਸੋਰੀ। ਅੱਛਾ, ਤੇ ਫਿਰ ਤੁਹਾਨੂੰ ਇਹ ਨੀ ਲੱਗਦਾ ਸੀ ਵੀ ਫੱਟੀ ਤੇ ਕੋਈ ਚੀਟਿੰਗ ਚੂਟਿੰਗ ਕਰਕੇ ਲੈ ਜਾਈਏ, ਘਰੋਂ ਹੀ ਪਹਿਲਾਂ ਪੂਰਾ ਕਰਕੇ ਲੈ ਜਾਈਏ ਇੱਕ ਪਾਸਾ? ਨਹੀਂ, ਉੱਥੇ ਉਹ ਸਾਹਮਣੇ ਪਚਵਾਉਂਦੇ ਹੁੰਦੇ ਸੀ ਨਾ ਜੀ, ਸਕੂਲ ਚ ਪਹੁੰਚਣੇ ਸੀ, ਸਕੂਲ ਚ ਲਿਖਣੀ ਹੁੰਦੀ ਸੀ, ਮਤਲਬ ਕੋਈ ਜ਼ਰੀਆ ਛੱਡਦੇ ਨੀ ਸੀਗੇ ਹਨਾ ਚੀਟਿੰਗ ਨਾ ਕੋਈ ਨਾ ਜੀ, ਬਿਲਕੁਲ ਨੀ ਸੀਗਾ। ਅੱਛਾ, ਮਤਲਬ 5:30 ਕਦੇ ਉਦੋਂ 9:04 ਸਕੂਲ ਦਾ ਟਾਈਮ ਹੁੰਦਾ ਸੀ। ਅੱਛਾ, ਮਤਲਬ 1 ਘੰਟਾ ਲੇਟ ਪਹੁੰਚਦੇ ਸੀ? ਹਾਂ, ਮਤਲਬ 76-77 ਵਜੇ ਦੀ ਗੱਲ ਹੈ। ਚਲੋ, ਇਹ ਤਾਂ ਬਹੁਤ ਸੋਹਣੀ ਗੱਲ ਸੁਣਾਈ ਹੈ, ਤੁਸੀਂ ਵੀ 2G ਸਪੀਡ ਤੇ ਚੱਲਦੇ ਸੀ। ਅੱਛਾ, ਮੈਨੂੰ ਦੱਸੋ ਹੁਣ ਫੋਨ ਤੇ ਤਾਂ 5G 4G ਤੇ ਪਹੁੰਚ ਗਏ? ਹਾਂ, 4G ਹੈ ਜੀ, ਹੁਣ ਤਾਂ ਤੁਹਾਨੂੰ ਪਤਾ ਹੀ ਹੈ 4G ਤੋਂ ਫਿਰ ਸਰਦਾ ਵੀ ਨਹੀਂ ਹੈ ਜੀ, ਆ 2 ਦਿਨ ਬਹੁਤ ਔਖੇ ਜੇ ਹੋਏ, ਤੁਹਾਡਾ ਪ੍ਰੋਗਰਾਮ ਵੀ ਨਹੀਂ ਸੁਣਿਆ ਗਿਆ। ਹੋਏ ਹੋਏ, ਵਾਕਈ ਗੱਲ ਤੇ ਤੁਹਾਡੀ ਸਹੀ ਹੈ, ਹੁਣ ਸਾਨੂੰ ਆਦਤਾਂ ਪੈ ਗਈਆਂ ਨੇ ਇੰਟਰਨੈਟ ਦੀਆਂ, ਤੇ ਜੇ ਥੋੜੇ ਜਿਹੇ ਚਿਰ ਦੇ ਲਈ ਵੀ ਬੰਦ ਹੋ ਜਾਂਦਾ ਤਾਂ ਫਿਰ ਲੱਗਦਾ ਹੁੰਦਾ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਘਾਟ ਹੋ ਗਈ ਆ। 3 ਦਿਨ ਅੰਗ ਹੀ ਅੰਗ ਮਹਿਸੂਸ ਕਰੀ ਗਏ ਜੀ, ਟੁੱਟ ਭੱਜ ਗਿਆ ਹੁੰਦਾ ਨਾਲੋਂ। ਅੱਛਾ, ਦੇਖੋ ਕਿੱਡੀ ਵੱਡੀ ਗੱਲ ਹੈ ਹਰਜਿੰਦਰ ਜੀ, ਵੈਸੇ ਸੋਚਣ ਵਾਲੀ ਗੱਲ ਹੈ ਕਿ ਅਸੀਂ ਕਿੰਨੇ ਆਦੀ ਹੋ ਚੁੱਕੇ ਹਾਂ ਇਹਨਾਂ ਲੇਟੈਸਟ ਡਿਵਾਈਸਾਂ ਦੇ। ਹਾਂ, ਗੁਲਾਮੀ ਹੋ ਗਈ ਇਸ ਤਰ੍ਹਾਂ ਦੀ ਸ਼ਬਦਾਂ ਚ। ਬਿਲਕੁਲ, ਅੱਜ ਇੱਕ ਸਕੂਲ ਦੇ ਸੰਬੰਧ ਚ ਚੁਟਕਲੇ ਸੁਣਾ ਦਿੰਦੇ ਹਾਂ ਜੀ, ਸ਼ਾਇਦ ਸੁਣਿਆ ਹੋਵੇ ਪਹਿਲਾਂ ਕਿਤੇ। ਜ਼ਰੂਰ, ਬਹੁਤ ਵਧੀਆ ਨੇ, ਕਿਤੇ ਨਾ ਕਿਤੇ ਸਾਡੇ ਚਿਹਰਿਆਂ ਤੇ ਮੁਸਕਰਾਹਟ ਆ ਜਾਂਦੀ ਹੈ ਸੁਣ ਕੇ। ਕੋਈ ਨਾ ਮਤਲਬ ਕੇ ਬੱਕਰੇ ਵਗੈਰਾ ਮਾਸ ਵਗੈਰਾ ਬਣਾਉਂਦੇ ਆ, ਕਸਾਈ ਉਹਨੂੰ ਪੜ ਕੇ ਬੱਕਰੇ ਨੂੰ ਲਈ ਜਾਂਦਾ ਸੀਗਾ ਜੀ। ਅੱਛਾ, ਇੱਕ ਬੱਚਾ ਆਪਦੇ ਡੈਡੀ ਨਾਲ ਜਾਂਦਾ ਸੀਗਾ ਤੇ ਉਹ ਬੱਕਰਾ ਵਗੈਰਾ ਮਿਆਵਾਂ ਕਰਦਾ ਜਾਂਦਾ, ਡੈਡੀ ਨੂੰ ਪੁੱਛਦਾ ਬੱਚਾ ਜੀ ਜੀ ਮਿਆਵਾਂ ਕਿਉਂ ਕਰਦਾ ਜਾਂਦਾ, ਰੋਂਦਾ ਕਿਉਂ ਜਾਂਦਾ? ਕਹਿੰਦਾ ਮੋਹਨ ਡੈਡੀ ਨੂੰ ਤਾਂ ਪਤਾ ਸੀ ਵੀ ਇਹਨੂੰ ਵੱਢਣਗੇ ਦੁਬਾਰ ਤੇ ਇਸ ਤਰ੍ਹਾਂ ਮਾਰ ਬਣਾ ਕੇ ਵੇਚਣਗੇ, ਉਹਨੇ ਸਾਰੀ ਗੱਲ ਦੱਸ ਦਿੱਤੀ ਬੱਚੇ ਨੂੰ, ਇਹਨੂੰ ਵੱਢਣਗੇ ਮਾਰਨਗੇ। ਅੱਛਾ, ਫਿਰ ਭੋਏ ਜੇ ਮਨ ਨਾਲ ਕਹਿੰਦਾ ਜੀ ਮੈਂ ਤਾਂ ਐਂ ਸਮਝਦਾ ਵੀ ਜਿਹੜੇ ਬੱਚੇ ਨੂੰ ਮਤਲਬ ਕਿ ਬੱਕਰੇ ਨੂੰ ਸਕੂਲ ਛੱਡਣ ਚੱਲੇ ਆ। ਕਾਸ਼ ਵਾਕਈ ਅਜਿਹਾ ਹੋਵੇ, ਬੱਕਰਿਆਂ ਨੂੰ ਸਕੂਲ ਛੱਡਣ ਜਾਈਏ, ਪਰ ਇਹ ਪੋਸੀਬਲ ਨਹੀਂ ਹੈ। ਤੇ ਬਹੁਤ ਸੋਹਣਾ ਚੁਟਕਲਾ ਹਰਜਿੰਦਰ ਜੀ, ਬਹੁਤ ਵਧੀਆ ਲੱਗਿਆ, ਤੁਸੀਂ ਆਪਣੀਆਂ ਯਾਦਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ, ਪ੍ਰੋਗਰਾਮ ਦਾ ਹਿੱਸਾ ਬਣੇ, ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਤੇ ਲੋ ਜੀ, ਇਹ ਸਨ ਹਰਜਿੰਦਰ ਜੀ ਜੋ ਸਾਨੂੰ ਦੱਸ ਕੇ ਗਏ ਨੇ ਕਿ ਫੱਟੀ ਲਿਖਣ ਦੇ ਵਿੱਚ ਇਹਨਾਂ ਕੋਲੇ ਉਸ ਵੇਲੇ 2G ਦੀ ਸਪੀਡ ਹੁੰਦੀ ਸੀ, ਤੇ ਤੁਸੀਂ ਫੱਟੀ ਲਿਖਣ ਦੇ ਵਿੱਚ ਕਿਹੜੀ ਸਪੀਡ ਰੱਖਦੇ ਸੀ, ਕਿੰਨੀ ਕੁ ਸਪੀਡ ਦੇ ਨਾਲ ਫੱਟੀਆਂ ਲਿਖਦੇ ਸੀ, ਪੋਚਦੇ ਸੀ, ਸੁਕਾਉਂਦੇ ਸੀ? ਅੱਛਾ, ਕਈ ਵਾਰ ਪਤਾ ਕੀ ਹੁੰਦਾ, ਫੱਟੀ ਅਸੀਂ ਪੋਚ ਲੈਂਦੇ ਸੀ, ਸੁੱਕਦੀ ਹੈ ਨਹੀਂ ਸੀ, ਸੁਕਾਉਣ ਵਾਸਤੇ ਫਿਰ ਅਸੀਂ ਬੜੇ ਸੋਹਣੇ ਮੰਤਰ ਬੋਲਦੇ ਸੀ, ਸੁਰਜਾ ਫੱਟੀ ਸੁਕਾ, ਹਨਾ? ਤੇ ਕਈ ਵਾਰ ਤਾਂ ਸੁੱਕ ਜਾਂਦੀ ਸੀ, ਜੇ ਸੁੱਕ ਜਾਂਦੀ ਚਾਹ ਚੜ ਜਾਂਦਾ ਸੀਗਾ, ਫਿਰ ਇਹ ਲੱਗਦਾ ਸੀ ਵੀ ਸੂਰਜ ਨੇ ਮੰਤਰ ਦਾ ਜਿਹੜਾ ਅਸਰ ਉਹ ਮੰਨ ਲਿਆ। ਸੋ ਫਿਲਹਾਲ ਸਾਡੇ ਨਾਲ ਸਰਬਜੀਤ ਜੀ ਜੁੜ ਗਏ ਨੇ ਵਿਨੀਪੈਗ ਤੋਂ, ਆਓ ਚੱਲਦੇ ਆ ਜੀ ਇਹਨਾਂ ਦੇ ਵੱਲ, ਤੇ ਦੇਖਦੇ ਆ ਇਹ ਸਾਨੂੰ ਆਪਣੇ ਕਿਹੜੇ ਪ੍ਰਾਇਮਰੀ ਸਕੂਲ ਦੇ ਵਿੱਚ ਆਪਣੇ ਨਾਲ ਲੈ ਕੇ ਜਾ ਰਹੇ ਨੇ, ਔਰ ਕਿਹੜੀਆਂ ਯਾਦਾਂ ਪੱਟੀ ਦਵਾਤ ਤੇ ਕਹਾਣੀਆਂ ਦੇ ਨਾਲ ਜੁੜੀਆਂ ਇਹਨਾਂ ਦੇ ਜ਼ਿਹਨ ਚ ਨੇ। ਸੋ ਸਵਾਗਤ ਸਰਬਜੀਤ ਜੀ ਪ੍ਰੋਗਰਾਮ ਚ। ਜੀ ਬਿਲਕੁਲ ਸਰਬਜੀਤ ਜੀ, ਜੀ ਮੈਂ ਤਾਂ ਜੀ ਇੱਕੋ ਹੀ ਯਾਦ ਕਰਾਉਣਾ ਚਾਹੁੰਦਾ, ਮੈਂ 2G ਕਲਾਸ ਦੇ ਵਿੱਚ ਸੀਗੇ ਤੇ ਉਸ ਟਾਈਮ ਦੇ ਉੱਤੇ ਕੀ ਹੋਇਆ ਵੀ ਕਹਿੰਦੇ ਵੀ ਉਹ ਨਾ ਇੱਕ ਜਦੋਂ ਇੱਕ ਜਾਣੇ ਦੀ ਸ਼ਾਹੀ ਡੁੱਲ ਗਈ ਤੇ ਦੂਜੇ ਨੂੰ ਕਹਿੰਦੇ ਯਾਰ ਮੈਨੂੰ ਉਹ ਲਵਾ ਦੇ ਇੱਕ ਵਾਰੀ, ਹੈ ਨਾ, ਮੈਂ ਪੱਟੀ ਲਿਖਣੀ ਹੈ। ਉਹ ਮੈਨੂੰ ਕਹਿੰਦਾ ਮੁੰਡਾ ਨਾਲ ਦਾ ਕਹਿੰਦਾ ਵੀ ਮੈਂ ਨੀ ਗਾ, ਹੈ ਨਾ, ਮੈਂ ਆਪਦੀ ਸ਼ਾਹੀ ਨੀ ਦੇਣੀ। ਮੈਂ ਉਤੋਂ ਜੀ ਉਹਦੀ ਸ਼ਾਹੀ ਖੋ ਕੇ ਤੇ ਆਪਦੇ ਸਾਡੇ ਡੋਲ ਕੇ ਤੇ ਉਹਦੇ ਮੂੰਹ ਤੇ ਲਾ ਦਿੱਤੀ। ਉਹ ਵਿਚਾਰਾ ਹੁਣ ਉਹਦਾ ਮੂੰਹ ਕਾਲਾ ਹੋ ਗਿਆ ਜੀ, ਤੇ ਉਹ ਵਿਚਾਰਾ ਚਲਿਆ ਗਿਆ ਸਾਡੇ ਮਾਸਟਰ ਜੀ ਕੋਲ, ਹੈ ਨਾ। ਤਾਂ ਉਹ ਕਹਿੰਦਾ ਜੀ ਜਾ ਕੇ, ਉਹ ਕਹਿੰਦਾ ਵੀ ਮੇਰੇ ਨਾ ਮੇਰਾ ਕਰਕੇ ਮੇਰੀ ਸ਼ਾਹੀ ਡੋਲਤੀ ਫਲਾਨੇ ਨੇ, ਤੇ ਉਹ ਮੇਰਾ ਕੱਚਾ ਨਾਮ ਲੈਂਦੇ ਸੀਗੇ, ਤੇਜ ਲੈਂਦੇ ਸੀਗੇ, ਹੈ ਨਾ, ਉਹ ਕਹਿੰਦੇ ਵੀ ਉਹਨੇ ਤੇਜ ਨੇ ਜੀ ਮੇਰਾ ਮੂੰਹ ਕਾਲਾ ਕਰਤਾ। ਕਹਿੰਦੇ ਵੀ ਜਾਓ ਬੁਲਾ ਕੇ ਲਿਆਓ ਉਹਨੂੰ, ਇਹਨੂੰ ਲੈ ਕੇ ਸੱਦ ਕੇ, ਤੇ ਮੇਰੇ ਹੱਥ ਤਾਂ ਕਾਲੀ ਸੀਗੇ ਜੀ, ਤੇ ਮੈਂ ਲਕੋਲੇ ਪਿੱਛੇ। ਮੈਂ ਕਿਹਾ ਨਹੀਂ ਜੀ, ਮੈਂ ਤਾਂ ਨੀ ਗਾ ਜੀ, ਇਹ ਤਾਂ ਝੂਠ ਬੋਲ ਰਿਹਾ ਬੰਦਾ, ਹੈ ਨਾ। ਤੇ ਉਹ ਕਹਿੰਦੇ ਮੁੰਡਾ, ਮੈਂ ਕਹਿੰਦੇ ਜੀ, ਕਹਿੰਦਾ ਦੇ ਹੱਥ ਜੀ, ਉਹ ਕਹਿੰਦੇ ਮੈਨੂੰ ਕਹਿੰਦੇ ਹੱਥ ਮੂਹਰੇ ਕਰ, ਮੈਂ ਹੱਥ ਕਰੇ ਤਾਂ ਮੇਰੇ ਹੱਥਾਂ ਤੇ ਸ਼ਾਹੀ ਲੱਗੀ ਹੋਈ ਸੀਗੀ। ਮੇਰੇ 2 ਮਾਰੀਆਂ ਜੀ ਡੱਸ, ਕਹਿੰਦੇ ਚੱਲ ਸਾਰਿਆਂ ਦਾ ਮੂੰਹ ਧੋਆ ਕੇ ਲਿਆ ਭੱਜ।
ਮੇਰੀ ਪੁਰਾਣੀ ਯਾਦ ਸੀਗੀ ਜੀ। ਸੁਭਾਗੇ ਜ਼ਰੂਰ ਜੀ ਜੀ, ਬੜੀ ਕਮਾਲ ਦੀ ਯਾਦ ਹੈ। ਪਰ ਹਾਂ ਇਹ ਵੀ ਦੇਖੋ, ਹੁਣ ਤੇ ਸਾਡੇ ਦਿਮਾਗ ਦੇ ਵਿੱਚ ਬੜੇ ਆਈਡੀਆ ਆ ਰਹੇ। ਮੈਂ ਵੀ ਸੋਚ ਰਹੀ ਸੀ ਵੀ ਤੁਸੀਂ ਇਹ ਕਹਿ ਦਿੰਦੇ ਵੀ ਭਾਈ ਇਹਦੇ ਮੂੰਹ ਤੇ ਸ਼ਾਹੀ ਲੱਗ ਗਈ ਸੀ, ਮੈਂ ਤਾਂ ਸਾਫ਼ ਕਰ ਰਿਹਾ ਸੀ ਤਾਂ ਹੱਥ ਗੰਦੇ ਹੋ ਗਏ। ਯਾਦ ਨਹੀਂ, ਉਹ ਬੱਚੇ ਹੁੰਦੇ ਸੀਗੇ ਜਦੋਂ ਨਹੀਂ ਪਤਾ ਸੀਗਾ ਕੁਛ ਵੀ, ਪਰ ਸਰਬਜੀਤ ਜੀ ਹੁਣ ਤਾਂ ਦਿਮਾਗ ਚ ਆਉਂਦਾ ਹੋਗਾ ਹਨਾ ਵੀ ਆਪਾਂ ਆਹ ਵੀ ਕਹਿ ਸਕਦੇ ਸੀ। ਹਾਂਜੀ ਹਾਂਜੀ, ਹੁਣ ਤਾਂ ਬਹੁਤ ਕੁਛ ਆਉਂਦਾ ਜੀ, ਹੁਣ ਤਾਂ ਚੱਲਦਾ ਨਾ। ਹੁਣ ਤਾਂ ਕਈ ਵਾਰੀ ਸੋਚਦੇ ਹੁੰਦੇ ਜੀ ਪੁਰਾਣੀਆਂ ਯਾਦਾਂ ਕਰਕੇ ਹੱਸਦੇ ਆ ਹਨਾ, ਕੀ ਕਰਦੇ ਰਹੇ ਸੀ ਉਸ ਟਾਈਮ ਦੇ ਉੱਤੇ। ਹਾਂ ਦੇਖੋ ਕਿੰਨੀ ਮਤਲਬ ਵਧੀਆ ਗੱਲ ਹੈ ਵੀ ਅੱਜ ਕੱਲ ਆਪਾਂ ਜੇ ਕਦੇ ਕਿਸੇ ਬੱਚੇ ਦੇ ਏਦਾਂ ਮੂੰਹ ਤੇ ਸਹੀ ਮਲਣੀ ਹੋਵੇ ਆਪਾਂ ਸੋਚ ਨਹੀਂ ਸਕਦੇ, ਕਿਉਂਕਿ ਮਾਂ ਬਾਪ ਵੀ ਲੜਨ ਦੇ ਲਈ ਤਿਆਰ ਬੈਠੇ ਹੁੰਦੇ ਆ। ਪਰ ਉਹਨਾਂ ਵੇਲਿਆਂ ਦੇ ਵਿੱਚ ਇਹ ਗੱਲਾਂ ਚੱਲ ਜਾਂਦੀਆਂ ਸੀ। ਇੱਕ ਤੁਹਾਨੂੰ ਮੈਂ ਛੋਟੀ ਜਿਹੀ ਇੱਕ ਦੀ ਹੋਰ ਯਾਦ ਕਰਾਉਣਾ ਜੀ, ਮੈਨੂੰ ਨਾ ਡਰਾਇੰਗ ਚੋਂ ਬਹੁਤ ਮੈਨੂੰ ਲਾਇਕ ਸੀਗਾ ਜੀ ਹਨਾ। ਅੱਛਾ, ਸੱਤਵੀਂ ਕਲਾਸ ਦੀ ਗੱਲ ਹੈ, ਸੱਤਵੀਂ ਕਲਾਸ ਦੇ ਵਿੱਚ ਉਹ ਡਰਾਇੰਗ ਮਾਸਟਰ ਸਾਡੇ ਹੁੰਦੇ ਸੀ, ਅੱਠਵੀਂ ਤੱਕ ਸ਼ਾਇਦ ਡਰਾਇੰਗ ਚੱਲਦੀ ਸੀ। ਉਹ ਉਹਨਾਂ ਹੁੰਦਾ ਸੀ ਵੀ ਜਿਵੇਂ ਇੱਟ ਤੇ ਕੁਛ ਬਣਾਓ ਜਾਂ ਫਲਾਣ ਕਿਤਾਬ ਤੇ ਖਰਬੂਜਾ ਬਣਾਓ, ਤੇ ਜਦੋਂ ਪਰਸੈਂਟੇਜ ਵੱਧਦੀ ਸੀ ਉਹ ਡਰਾਇੰਗ ਦੇ ਡਰਾਇੰਗ ਨਾਲ ਹੀ ਵੱਧਦੀ ਸੀਗੀ ਜੀ, ਕਿਉਂ ਬੰਦਾ ਨੰਬਰ ਕਾਫੀ ਆ ਜਾਂਦੇ ਸੀ ਉਹ 70-70-80 ਨੰਬਰ। ਉਹ ਮੈਨੂੰ ਕਹਿੰਦੇ ਮੈਂ ਬਣਾਇਆ ਤੇ ਮੈਂ ਇੱਥੋਂ ਕੁਛ ਹੋਰ ਹੀ ਬਣ ਗਿਆ ਜੀ, ਮੈਂ ਛੇਤੀ ਛੇਤੀ ਜਾ ਕੇ ਉਹ ਫੜਾ ਤਾ ਡਰਾਇੰਗ ਮਾਸਟਰ ਨੂੰ ਤੇ ਫੜਾ ਕੇ ਮੈਂ ਕਿਹਾ ਵੀ ਪੇਪਰ ਚੋਂ ਭੱਜ ਲਾ ਹੁਣ ਮੈਂ। ਉਹ ਵੇਖਿਆ, ਉਹ ਕਹਿੰਦਾ ਵੀ ਆਹ ਕਿਹੜਾ ਸਾਰਾ ਬਣਾ ਗਿਆ, ਕਹਿੰਦਾ ਇਹਨੂੰ ਫੜ ਕੇ ਲਿਆਓ। ਮੈਨੂੰ ਲਿਆਏ, ਮੈਨੂੰ ਕਹਿੰਦੇ ਵੀ ਬੁਲਾ ਰਿਹਾ ਮੈਂ ਖਾਨ ਜੀ, ਮੈਨੂੰ ਕਹਿੰਦੇ ਸਾਰਾ ਕੁਛ ਪਾਸ ਕਰ, ਪਾਸ ਹੋ ਜਾਊਗਾ ਤਾਂ ਕਰ ਜਾ। ਉਹ ਫਿਰ ਮੈਂ ਮਸਾਂ 33 ਨੰਬਰ ਦਿੱਤੇ ਜੀ, ਮੈਨੂੰ ਪਾਸ ਦੇ ਦਿਓ ਤੇ ਮੇਰੇ ਹਲੇ। ਚਲੋ ਸਰਬਜੀਤ ਜੀ, ਸ਼ੁਕਰ ਕਰੋ ਕਿ ਉਹਨਾਂ ਨੇ 33 ਨੰਬਰ ਦੇ ਦਿੱਤੇ, ਉਹ ਵੀ ਮੈਨੂੰ ਲੱਗਦਾ ਵੀ ਇਸ ਲਈ ਦਿੱਤੇ ਹੋਣੇ ਕਿਉਂਕਿ ਉਹਨਾਂ ਦਾ ਇੰਟਰਟੇਨਮੈਂਟ ਪੂਰਾ ਹੋਇਆ ਹੋਊਗਾ। ਉਹਨਾਂ ਨੇ ਐਦੀ ਵੀ ਪਾਸ ਕਰ ਦਿੱਤੀ ਜੀ ਵਿਚਾਰੇ ਨਾ, ਹਰਨੇਕ ਸਿੰਘ ਸੀਗੇ ਮਾਸਟਰ ਸਾਡੇ ਰਮਾਨਾਜੀਤ ਸਿੰਘ ਤੋਂ ਵਿਚਾਰਿਆਂ ਦੀ, ਉਹਨਾਂ ਦਾ ਬੇਟਾ ਪੜ੍ਹਦਾ ਸੀ ਮੇਰੇ ਨਾਲ, ਉਹਦੀ ਵੀ ਵਿਚਾਰੇ ਦੀ ਡੈਥ ਹੋ ਗਈ ਬਲੱਡ ਕੈਂਸਰ ਨਾਲ। ਚਲੋ ਯਾਦਾਂ ਰਹਿ ਜਾਂਦੀਆਂ ਜੀ ਹਨਾ, ਉਹ ਮੈਂ ਹਾਲੇ ਵੀ ਯਾਦ ਕਰਦਾ ਹੁਣ ਉਹਨਾਂ ਨੂੰ। ਬਾਕੀ ਸਰਬਜੀਤ ਜੀ ਦੇਖੋ, ਲੋਕ ਦੁਨੀਆਂ ਸੰਸਾਰ ਤੋਂ ਚਲੇ ਜਾਂਦੇ ਨੇ ਪਰ ਸਾਡੇ ਜ਼ਿਹਨ ਦੇ ਵਿੱਚ ਹਮੇਸ਼ਾ ਯਾਦਾਂ ਦੇ ਰੂਪ ਦੇ ਵਿੱਚ ਤਰੋਤਾਜ਼ਾ ਰਹਿੰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣੀਆਂ ਤੁਹਾਡੀਆਂ ਯਾਦਾਂ ਜਿਨ੍ਹਾਂ ਦੇ ਵਿੱਚ ਜਾ ਕੇ ਸਾਨੂੰ ਬੜਾ ਵਧੀਆ ਲੱਗਿਆ। ਸੋ ਦੇਖੋ ਕਿੰਨੀਆਂ ਸੋਹਣੀਆਂ ਤੇ ਕਿੰਨੀਆਂ ਹਾਸੇ ਦੀਆਂ ਗੱਲਾਂ ਸਾਡੇ ਮਨ ਦੇ ਵਿੱਚ ਜ਼ਿਹਨ ਦੇ ਵਿੱਚ ਪਈਆਂ ਹੁੰਦੀਆਂ ਨੇ ਜਦੋਂ ਕਿਤੇ ਛੇੜਦੇ ਇਹਨਾਂ ਕਹਾਣੀਆਂ ਨੂੰ। ਸੋ ਬਹੁਤ ਵਧੀਆ ਲੱਗਦਾ, ਇੱਕ ਵਾਰ ਫਿਰ ਤੋਂ ਐ ਲੱਗਦਾ ਕਿ ਜ਼ਿੰਦਗੀ ਦੁਬਾਰਾ ਤੋਂ ਤਰੋਤਾਜ਼ਾ ਹੋ ਗਈ ਹੈ। ਸੋ ਗਿੱਲ ਆਂਟੀ ਸਾਡੇ ਨਾਲ ਜੁੜੇ ਹੋਏ ਨੇ ਤੇ ਬਲਵੰਤ ਜੀ ਸਿਰੀਏਵਾਲਾ ਤੋਂ। ਸੋ ਬਲਵੰਤ ਜੀ ਦੀ ਕਾਲ ਪਹਿਲਾਂ ਆਈ ਹੋਈ ਹੈ ਤੇ ਆਪਾਂ ਪਹਿਲਾਂ ਚੱਲਦੇ ਹਾਂ ਬਲਵੰਤ ਜੀ ਵੱਲ, ਫਿਰ ਗਿੱਲ ਆਂਟੀ ਤੁਹਾਡੇ ਵੱਲ, ਫਿਰ ਜਸਵਿੰਦਰ ਜੀ ਵਿਨੀਪੈਗ ਤੋਂ ਤੁਹਾਡੇ ਵੱਲ ਆਵਾਂਗੇ। ਸੋ ਬਲਵੰਤ ਜੀ ਸਿਰੀਏਵਾਲਾ ਤੋਂ ਸਵਾਗਤ ਪ੍ਰੋਗਰਾਮ ਚ। ਬਚਪਨ ਯਾਦ ਕਰਾਤਾ ਰੇਡੀਓ ਵਾਲਿਆਂ ਨੇ, ਡਿਗਰੀਆਂ ਕਰਕੇ ਭੁੱਲ ਗਏ ਸੀ, ਪਹਿਲੀ ਪੱਕੀ ਵਿਚ ਦਾਖਲਾ ਫੇਰ ਦਵਾਤਾ ਰੇਡੀਓ ਵਾਲਿਆਂ ਨੇ। ਵਾਹ ਜੀ, ਨਵੀਂ ਪੀੜੀ ਨੂੰ ਪਤਾ ਨੀ ਸੀ ਕਲ ਦਵਾਤਾ ਫੱਟੀਆਂ ਦਾ, ਟੰਗਿਆ ਕਿੱਲੇ ਤੋਂ ਬਸਤਾ ਫੇਰ ਲਵਾਤਾ ਰੇਡੀਓ ਵਾਲਿਆਂ ਨੇ। ਕੀ ਬਾਤ, ਧੰਨਵਾਦ ਭੈਣ ਜੀ। ਬਲਵੰਤ ਸਿੰਘ ਐਥਾਂ ਵਾਲਾ ਪਿੰਡ ਤੇ ਡਾਕਰ ਸ੍ਰੀ ਵਾਲਾ ਜੀ। ਵਾਹ ਬਲਵੰਤ ਜੀ, ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਵਿਚ ਐਂਟਰੀ ਲਈ ਹੈ, ਬੜਾ ਵਧੀਆ ਲੱਗਿਆ ਰਚਨਾ। ਵਾਹ ਕਮਾਲ, ਔਰ ਸ਼ਬਦਾਂ ਦੀ ਜਿਹੜੀ ਜਾਦੂਗਰੀ ਤੁਸੀਂ ਦਿਖਾਈ ਹੈ ਬਹੁਤ ਸੋਹਣੀ। ਤੇ ਫਿਰ ਕਲਮ ਦਵਾਤ ਫੱਟੀਆਂ ਤੇ ਸਰਕੰਡੇ ਬਾਰੇ ਕੀ ਕਹੋਗੇ, ਜਿਹੜਾ ਕਲਮਾ ਘੜਨ ਵਾਸਤੇ ਅਸੀਂ ਲੈ ਕੇ ਆਉਂਦੇ ਸੀ। ਹਾਂਜੀ, ਜਦੋਂ ਜੀ ਅਸੀਂ 9 ਕੁ ਜਾਣੇ ਸੀਗੇ, ਜਦੋਂ ਪਹਿਲੀ ਪੱਕੀ ਦੇ ਵਿੱਚ ਸਾਨੂੰ ਮਾਸਟਰਾਂ ਨੇ ਹਾਜ਼ਰੀ ਲੱਗਣ ਲੱਗੀ ਰਜਿਸਟਰ ਤੇ, ਬੋਰਿਆਂ ਤੇ ਬਹਿੰਦੇ ਹੁੰਦੇ ਸੀ, ਤੇ ਬੋਰੇ ਦਾ ਝੋਲਾ ਹੁੰਦਾ ਸੀਗਾ, ਰੇਹ ਵਾਲੀ ਬੋਰੀ ਹੁੰਦੀ ਸੀ ਨਾਲ, ਇੱਕ ਫੱਟੀ ਹੁੰਦੀ ਸੀ ਤੇ ਇੱਕ ਦਵਾਤ ਹੁੰਦੀ ਸੀ। ਤੇ ਫਿਰ ਹੌਲੀ ਹੌਲੀ ਸਲੇਟਾਂ ਲੱਗੀਆਂ, ਫਿਰ ਉਹਨਾਂ ਨੇ ਕਿਹਾ ਵੀ ਸਫ਼ੇ ਕਰਨੇ ਇਹਨਾਂ ਨੂੰ ਦੱਸਾਂਗੇ, ਤੇ ਸਾਡੇ ਵੀਜਾ ਕੁਮਾਰ ਜੀ ਮਾਸਟਰਾਂ ਦੇ ਜੈਤੋ ਤੋਂ, ਉਹਨਾਂ ਨੇ ਸਾਨੂੰ ਇੱਕ ਨੜੇ ਹੁੰਦੇ ਸੀਗੇ ਜਿਹੜੇ ਸਰਕੰਡਾ ਜਾ ਹੁੰਦਾ, ਪੈਕਟ ਬੰਦ ਲਿਆਂਦਾ ਤੇ ਸਾਥੋਂ ਪੰਜ ਪੰਜ ਪੈਸੇ ਲਏ ਉਹਨਾਂ ਦੇ, ਤੇ ਦੂਜੇ ਮਾਸਟਰ ਰਾਮ ਸਿੰਘ ਸੀਗੇ ਸਾਡੇ ਪਿੰਡ ਦੇ, ਉਹ ਚਾਕੂ ਨਾਲ ਘੜ ਘੜ ਕੇ ਦਿੰਦੇ ਹੁੰਦੇ ਸੀਗੇ ਸਾਨੂੰ। ਉਦੋਂ ਬਾਅਦ ਜਦੋਂ ਅਸੀਂ ਕਿਤਾਬ ਲੱਗ ਗਈ ਪਹਿਲੀ ਪੱਕੀ ਦੀ, ਤੇ ਫਿਰ ਸਾਨੂੰ ਸਫ਼ੇ ਕਰਨੇ ਲਾਏ ਦੂਜੀ ਕਲਾਸ ਦੇ ਵਿੱਚ, ਇੱਕ ਟਰੈਂਕ ਹੁੰਦਾ ਸੀਗਾ ਉਹਦੇ ਮਗਰ ਇੱਕ ਲੱਕੜ ਦੀ ਕਿੱਲੀ ਜੀ ਹੁੰਦੀ ਜੇ ਉਹਦੀ, ਆਪਣੇ ਹੁਣ ਵਾਲਾਂ ਦੇ ਮਗ ਨੀ ਜੂੜੇ ਤੇ ਟੰਗੀ ਹੁੰਦੀ ਆ, ਉਹਦੇ ਮੂਹਰੇ ਨਿੱਬ ਤੇ ਪਰਾ ਲਾਇਆ ਹੁੰਦਾ ਸੀਗਾ, ਪੱਕੀ ਜੀ ਲੱਕੜ ਹੁੰਦੀ ਸੀਗੀ, ਉਹ 1 ਰੁਪਿਆ 25 ਪੈਸੇ ਦੀ ਹੁੰਦੀ ਸੀਗੀ। ਤੇ ਫਿਰ ਉਹਦੇ ਵਿੱਚ ਸ਼ਾਹੀ ਤੇ ਸੋਭੇ ਲਵੇੜ ਲਵੇੜ ਕੇ, ਕਿਉਂ ਉਹਦੇ ਉਹ
ਪੈਨ ਦੇ ਵਿੱਚ ਸ਼ਾਹੀ ਭਰਨ ਤੇ ਠਾਣੀ ਹੁੰਦੇ ਸੀ, ਕਲਮ ਦੇ ਮੂਹਰੇ ਹੀ ਉਹ ਘੜ ਕੇ ਉਹ ਬਣਾਇਆ ਹੁੰਦਾ ਸੀਗਾ, ਨਿਬ ਚਾੜੀ ਹੁੰਦੀ ਸੀ, ਫਿਰ ਉਹਦੇ ਨਾਲ ਅਸੀਂ ਚਮਕਾ ਚਮਕਾ ਲਾ ਕੇ ਤੇ ਫਿਰ ਅਸੀਂ ਸਫ਼ੇ ਲਿਖ ਦਿੰਦੇ ਸੀਗੇ ਜੀ। ਅੱਛਾ, ਤੇ ਫਿਰ ਜਦੋਂ ਫਟਣ ਇੱਕ ਪਾਸੇ ਇੱਕ ਅਦੂਗਾ ਲਿਖਦੇ ਹੁੰਦੇ ਸੀਗੇ ਤੇ ਫਿਰ ਅਸੀਂ ਇੱਕ ਦੂਜੇ ਤਾਵਲੇ ਹੁੰਦੇ ਸੀਗੇ, ਜਦੋਂ ਥੋੜਾ ਜਿਹਾ ਸਮਾਂ ਰਹਿ ਜਾਂਦਾ ਸੀਗਾ ਕਿਸੇ ਨੇ ਕਹਿੰਦਾ ਬੋਰਡ ਅੰਦਰ ਰੱਖ ਅੱਜ ਜੀ, ਕੁਰਸੀ ਰੱਖ ਅੱਜ ਜੀ, ਫੱਟੀਆਂ ਤੇ ਨੰਬਰ ਲਾ ਜੀ, ਫਿਰ ਮਾਸਟਰਾਂ ਨੇ ਨੰਬਰ ਲਾਉਣੇ ਕਈ ਵਾਰੀ, ਫਿਰ ਉਦੋਂ ਬਾਅਦ ਦੇ ਵਿੱਚ ਬਸ ਅੱਧੀ ਛੁੱਟੀ ਵੇਲੇ ਨੰਬਰ ਲੱਗਦੇ, ਫਿਰ ਫੱਟੀ ਪੋਚਦੇ, ਫਿਰ ਸਾਰੀ ਛੁੱਟੀ ਵੇਲੇ। ਤੇ ਜਦੋਂ ਫਿਰ ਮੇਰੇ ਅਰਗਣ ਗਹਿਲੀ ਕਰ ਜਾਂਦਾ ਸੀਗਾ ਤੜਕੇ, ਫਿਰ ਫੱਟੀ ਪੋਚਣੀ, ਫਿਰ ਚੁੱਲ੍ਹੇ ਤੇ ਸਕਾਉਣੀ ਸਕੂਲੋਂ ਲੇਟ ਹੋ ਕੇ। ਤੇ ਫਿਰ ਕਈ ਵਾਰੀ ਕਹਿੰਦੇ ਜਾਂਦੇ ਹੁੰਦੇ ਸੀਗੇ ਸੂਰਜਾ ਫੱਟੀ ਸਕਾ, ਨਹੀਂ ਸਕਾਉਣੀ ਗੰਗਾ ਜਾ ਕੇ ਗੁੱਲੀਆਂ ਪਕਾ, ਇੱਕ ਗੁੱਲੀ ਫੁੱਟ ਗਈ ਤੇ ਮੇਰੀ ਫੱਟੀ ਸੁੱਕ ਗਈ। ਵਾਹ ਜੀ ਵਾਹ, ਕਿਆ ਵਾਹ। ਕਈ ਵਾਰੀ ਮਗਰਲੇ ਦੇ ਵੀ ਵਾਜਦੀ ਹੁੰਦੀ ਸੀਗੀ ਜੀ, ਫਿਰ ਹੋਰ ਵੀ ਛਿੱਤਰਾਂ ਥਾਂ ਹੋ ਜਾਂਦਾ ਸੀ, ਫਿਰ ਲੜਾਈਆਂ ਵੀ ਹੋ ਜਾਂਦੀਆਂ ਤੇ ਮੈਨੂੰ ਲੱਗਦਾ ਵੀ ਫਿਰ ਉੱਥੇ ਫੱਟੀਆਂ ਚੱਲਣ ਲੱਗ ਜਾਂਦੀਆਂ ਹੁਣ ਇੱਕ ਦੂਜੇ ਦੇ। ਤੇ ਫਿਰ ਜਦੋਂ ਲੜਦੇ ਸਾਰੀ ਛੁੱਟੀ ਵੇਲੇ, ਫਿਰ ਲੜਦੇ ਜਦੋਂ ਅੱਧੀ ਛੁੱਟੀ ਵੇਲੇ ਲੜਦੇ, ਕਹਿੰਦੇ ਕੋਈ ਸਾਰੀ ਛੁੱਟੀ ਵੇਲੇ ਉਹਦੇ ਗਰਾਊਂਡ ਨੂੰ ਉਹ, ਫਿਰ ਫੱਟੀ ਦਾ ਕੰਮ ਗੰਡਾਸੇ ਦਾ ਕੰਮ ਫੱਟੀ ਤੋਂ ਲੈ ਕੇ। ਅੱਛਾ, ਤੁਸੀਂ ਕਦੇ ਲਿਆ ਫੱਟੀ ਤੋਂ ਗੰਡਾਸੇ ਦਾ ਕੰਮ? ਨਹੀਂ ਜੀ, ਮੈਂ ਲੜਨ ਵਾਲਾ ਹੈ ਨੀ ਸੀਗਾ ਤੇ ਮੈਂ ਥੋੜਾ ਜਾ ਸ਼ਰਾਰਤੀ ਆ, ਉਦੋਂ ਮੈਂ ਥੋੜਾ ਸਾਈਡ ਤੇ ਹੋ ਜਾਂਦਾ ਹੁੰਦਾ ਸੀਗਾ। ਅੱਛਾ, ਮਤਲਬ ਤੁਸੀਂ ਫਿਰ ਗੰਡਾਸੇ ਵਾਂਗੂ ਇਸਤੇਮਾਲ ਨੀ ਕਰਦੇ ਸੀ? ਨਾ ਨਾ ਜੀ, ਮੈਂ ਅੱਜ ਤੱਕ ਕਿਸੇ ਨਾਲ ਨਹੀਂ ਡਰਿਆ ਸੀਗਾ, ਮੈਂ ਸਿਆਸੀ ਦਾ ਸ਼ੁਰੂ ਤੋਂ ਸੀਗਾ ਜੀ, ਤੇ ਪਰ ਮੈਂ ਲੜਾਈ ਖਾ ਕੇ ਜਾਂ ਕੁੱਟ ਖਾ ਕੇ ਮੈਂ ਘਰੇ ਨੀ ਆਇਆ ਸੀਗਾ, ਨਾ ਹੀ ਕਿਸੇ ਨੂੰ ਕੁੱਟਿਆ ਸੀਗਾ। ਵਾਹ ਜੀ ਵਾਹ, ਕਿਆ ਬਾਤ ਹੈ, ਮਤਲਬ ਸਿਆਸ ਤਾਂ ਜਿਹੜੀ ਉਦੋਂ ਤੁਸੀਂ ਕਰ ਲੈਂਦੇ ਸੀ ਔਰ ਆਪਣੇ ਆਪ ਨੂੰ ਬਚਾ ਕੇ ਰੱਖਦੇ ਸੀ, ਸੋ ਬਹੁਤ ਖੂਬ ਬਲਵੰਤ ਜੀ। ਇਹਦੇ ਨਾਲ ਖਰਾਬ ਮਿਲ ਦਾ ਕੀਤਾ ਜੀ ਅੱਗੇ ਹੋਏ ਤਾਂ। ਹਾਂ ਜ਼ਰੂਰ ਜੀ ਜ਼ਰੂਰ। ਜਦੋਂ ਮੁੰਡਾ ਕੁੜੀ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦੇ ਉਦੋਂ ਉਹਨਾਂ ਦਾ ਮੋਹ ਪਿਆਰ ਹੁੰਦਾ ਇੱਕ ਦੂਜੇ ਤੋਂ ਚੀਜ਼ ਲੈਣ ਦਾ। ਸਲੇਟ ਲੈ ਲਈ, ਸਲੇਟੀ ਲੈ ਲਈ, ਗਾਚੀ ਲੈ ਲਈ, ਤੇ ਫਿਰ ਜਦੋਂ ਥੋੜਾ ਜਿਹਾ ਵੱਡੇ ਹੋ ਜਾਂਦੇ ਆ, ਸਿਸਟਮ ਸੁਧਰ ਜਾਂਦਾ, ਤੇ ਫਿਰ ਉਹਨੇ ਇੱਕ ਅੱਡੋ ਅੱਡੀ ਮਜਬੂਰੀ ਹੋ ਜਾਂਦੀ ਆ, ਤੇ ਫਿਰ ਉਹਨੇ ਇੱਕ ਤਾਨਾ ਮਾਰਿਆ। ਅੱਛਾ, ਆਪਦਾ ਗੁੱਸਾ ਜ਼ਾਹਰ ਕੀਤਾ ਮੁੰਡੇ ਨੇ, ਕਹਿੰਦਾ ਜਵਾਨੀ ਦੀਆਂ ਸੋਹਣੀਆਂ ਮੁਬਾਰਕਾਂ ਨੀ ਤੈਨੂੰ, ਪਰ ਇੱਕ ਸ਼ਿਕਵਾ ਤੇਰੇ ਨਾਲ ਮੈਨੂੰ। ਜਵਾਨੀ ਦੀਆਂ ਸੋਹਣੀਆਂ ਮੁਬਾਰਕਾਂ ਨੀ ਤੈਨੂੰ, ਪਰ ਇੱਕ ਸ਼ਿਕਵਾ ਤੇਰੇ ਨਾਲ ਮੈਨੂੰ, ਹਵੇਲੀ ਵਾਲਿਆਂ ਦੇ ਮੁੰਡੇ ਨਾਲ ਕੱਲ ਹੱਟੀ ਉੱਤੇ ਹੱਸ ਹੱਸ ਰਹੀ ਸੀ ਤੂੰ ਗੱਲਾਂ ਮਾਰਨੀ, ਪ੍ਰਾਇਮਰੀ ਸਕੂਲ ਵਾਲੇ ਦਿਨਾਂ ਦੀ ਪੁਰਾਣੀ ਯਾਰੀ ਤੋੜ ਗਈ ਤੂੰ, ਹੋ ਕੇ ਅੱਜ ਮੋਟੇ ਆਰਨੀ, ਜਵਾਨੀ ਦੀਆਂ ਸੋਹਣੀਆਂ ਮੁਬਾਰਕਾਂ ਨੀ ਤੈਨੂੰ, ਯਾਦ ਕਰ ਵੇਲਾ ਜਦੋਂ ਜਾਂਦੀ ਸੀ ਪੜ੍ਹਨ, ਪੜ੍ਹ ਕੇ ਸਕੂਲ ਨਿੱਤੇ ਆਉਂਦੀ ਸੀ, ਪੋਚਦਾ ਹੁੰਦਾ ਸੀਗਾ ਮੈਂ ਦੋਵਾਂ ਦੀਆਂ ਫੱਤੀਆਂ ਤੇ, ਊੜਾ ਆੜਾ ਉਹਨਾਂ ਤੇ ਧੁਵਾਉਂਦੀ ਸੀ, ਮੈਨੂੰ ਤਾਂ ਨੀ ਆਉਂਦਾ ਸੀਗਾ ਇੱਲ ਤੇ ਕੁੱਕੜ, ਤੂੰ ਤਾਂ ਸਾਰੀ ਹੀ ਕਲਾਸ ਵਿੱਚ ਹੁਸ਼ਿਆਰ ਨੀ, ਪ੍ਰਾਇਮਰੀ ਸਕੂਲ ਵਾਲੇ ਦਿਨਾਂ ਦੀ ਪੁਰਾਣੀ ਯਾਰੀ ਤੋੜ ਗਈ ਧੋ ਕੇ ਅੱਜ ਮੋਟੇ ਆਰਨੀ, ਜਵਾਨੀ ਦੀਆਂ ਸੋਹਣੀਆਂ ਮੁਬਾਰਕਾਂ ਨੀ ਤੈਨੂੰ, ਯਾਦ ਕਰ ਵੇਲਾ ਮੇਰੀ ਬੁੱਢੀ ਮਾਂ ਦੇ ਕੋਲੋਂ ਆਪਣਾ, ਸੁਣਦੇ ਸਾ ਪਰੀਆਂ ਦੀ ਬਾਤ ਨੀ, ਉਦੋਂ ਤੇਰੀ ਮੰਮੀ ਮਾਰ ਹਾਕਾ ਸੀ ਬੁਲਾਉਂਦੀ, ਹੋ ਜਾਂਦੀ ਸੀ ਅੱਧੋਂ ਬਹੁਤੀ ਰਾਤ ਨੀ, ਪਰ ਪੂਰੀ ਸੁਣ ਕੇ ਕਹਾਣੀ ਸੀ ਤੂੰ ਜਾਂਦੀ, ਪਰ ਪੂਰੀ ਸੁਣ ਕੇ ਕਹਾਣੀ ਸੀ ਤੂੰ ਜਾਂਦੀ, ਖਾਣੀ ਪੈਂਦੀ ਸੀ ਜੀ ਤੈਨੂੰ ਭਲਾ ਘਰੋਂ ਮਾਰਨੀ, ਪ੍ਰਾਇਮਰੀ ਸਕੂਲ ਵਾਲੇ ਦਿਨਾਂ ਦੀ ਪੁਰਾਣੀ ਯਾਰੀ ਤੋੜ ਗਈ ਤੇ ਹੋ ਕੇ ਅੱਜ ਮੋਟੇ ਆਰਨੀ, ਜਵਾਨੀ ਦੀਆਂ ਸੋਹਣੀਆਂ ਮੁਬਾਰਕਾਂ ਨੀ ਤੈਨੂੰ, ਯਾਦ ਕਰ ਵੇਲਾ ਬੁੱਢੀ ਮਾਂ ਦੇ ਕੋਲ, ਯਾਦ ਕਰ ਵੇਲਾ ਬੁੱਢੀ ਪਿੱਪਲੀ ਦੇ ਉੱਤੇ ਚੜਿਆ ਸੀ ਪਿੰਗ ਤੇਰੀ ਪਾਉਣੀ, ਟੁੱਟਿਆ ਸੀ ਢਾਣਾ ਤੇ ਮੈਂ ਡਿੱਗਿਆ ਸੀ ਥੱਲੇ, ਤੂੰ ਤਾਂ ਉੱਚੀ ਉੱਚੀ ਲੱਗ ਪਈ ਸੀ ਰੋਣਨੀ, ਚੁੰਨੀ ਦੇ ਪੱਲੇ ਦੇ ਨਾਲ ਕੀਤੀ ਸੀ ਟਕੋਰ, ਚੁੰਨੀ ਦੇ ਪੱਲੇ ਦੇ ਨਾਲ ਕੀਤੀ ਸੀ ਟਕੋਰ, ਉਦੋਂ ਇੰਨਾ ਸੀਗਾ ਤੇਰਾ ਮੇਰੇ ਨਾਲ ਪਿਆਰ ਨੀ, ਪ੍ਰਾਇਮਰੀ ਸਕੂਲ ਵਾਲੇ ਦਿਨਾਂ ਦੀ ਪੁਰਾਣੀ ਯਾਰੀ ਤੋੜ ਗਈ ਧੋ ਕੇ ਅੱਜ ਮੋਟੇ ਆ ਰਹੀ, ਜਵਾਨੀ ਦੀਆਂ ਸੋਹਣੀਆਂ ਮੁਬਾਰਕਾਂ ਨੀ ਤੈਨੂੰ ਜੀ। ਜਿੰਨਾ ਕੁ ਟਾਈਮ ਅੱਜ ਖਰਚਾ ਹੁੰਦਾ ਸੀ ਹੋ ਜਾ ਮੇਰਾ ਗੀਤ ਆ, ਅੱਜ ਕੱਲ ਮੋਬਾਈਲ ਤੇ ਨੈਟ ਪੈਕ ਚੱਲਦੇ ਨੇ, ਠੀਕ ਆ ਜੀ। ਬਿਲਕੁਲ ਜੀ ਬਿਲਕੁਲ ਬਲਵੰਤ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣਾ ਗੀਤ ਤੁਸੀਂ ਸੁਣਾਇਆ ਇਸ ਮੰਚ ਤੇ ਸਾਡੇ ਨਾਲ ਸਾਂਝ ਬਣੀ, ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਸਾਂਝ ਬਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਤੇ ਲੋ ਜੀ ਹੁਣ ਸਾਡੇ ਨਾਲ ਜੁੜੇ ਹੋਏ ਨੇ ਗਿੱਲ ਆਂਟੀ ਜੀ, ਆਪਾਂ ਚੱਲਦੇ ਹਾਂ ਗਿੱਲ ਆਂਟੀ ਜੀ ਵੱਲ, ਦੇਖਦੇ ਹਾਂ ਜੀ ਗਿੱਲ ਆਂਟੀ ਜੀ ਸਾਨੂੰ ਆਪਣੇ ਨਾਲ ਕਿੱਥੋਂ ਦੇ ਕਿਹੜੇ ਸਕੂਲ ਦੇ ਵਿੱਚ ਚਲੇ ਜਾਣਗੇ ਔਰ ਕੀ ਸਾਡੀਆਂ ਫੱਟੀਆਂ ਪੋਚ ਕੇ ਰੱਖੀਆਂ ਜੀ, ਸਾਨੂੰ ਨਾਲ ਲੈ ਕੇ ਫੱਟੀਆਂ ਪੁਛਵਾਉਣਗੇ। ਸੋ ਗਿੱਲ ਆਂਟੀ ਸਵਾਗਤ ਪ੍ਰੋਗਰਾਮ ਚ। ਸਤਿਕਾਲ ਬੇਟੇ ਸਾਰਿਆਂ, ਸਤਿਕਾਲ ਜੀ। ਤੇ ਵਧੀਆ ਵਿਸ਼ਾ ਹੈ ਸਾਨੂੰ ਜਿਹੜਾ ਕਲਮਾ ਦੁਆਤਾਂ ਵਾਲੀ ਜਿਹੜੀ ਜ਼ਿੰਦਗੀ ਦਾ ਪਹਿਲਾ ਪਰਨ ਸੀ ਛੋਟਿਆਂ ਦਾ ਯਾਦ ਕਰਾਤਾ, ਥੈਂਕ ਯੂ ਬਹੁਤ ਬਹੁਤ ਤੁਹਾਡਾ ਜੀ, ਸ਼ੁਕਰੀਆ।
उस तो पहला मैं जसविंदर नु मैसेज दियांगी कि जदों कोई पार्टी करांगी तेन जरूर बुलावांगी, असि एक पार्टी करनी, मैं वेट कर रही हां, तेन दस्या है गगन जी। ओके जी, दूजी गल ओह कहिंदे सी मैनू डर लगदा है, मैं भाभी तेरा की दुखदा, मैं आखांगी ये भाभियां नु करी जां किसे फरंड हैगी तो ओनू करी, मावां तो नहीं कहदा भाभी सदी दा, मावां ते मावां नु नहीं कहदा भाभी तेरा की दुखदा। आप ही रंग लगी गिल आंदी तो भावे दो ला जाएगा ना चपेड़ा, जिंदगी दा पर ने गुस्सा नहीं कर दी, मजाक करके अगले नु कह दिंदी हुंनी आं कोई पुत्तर कोई गल नहीं बेटे होर कर लो, बाकी हैगा जदो मैं पार्टी करनी सदांगी पर आना जरूर वेरे ना कहीं, मेरा 10,000 महीने का मरदा, मेनू हफ्ता लग गया तो मेरा कख लो गया। बिलकुल जी बिलकुल, मेरी गल सुन, साडे बस्ते साडे गल च पाए हुंदे सी ते कच्छ साडे मारियां सी बोरियां जिहड़ियां पिछा के बहिंदे सी स्कूल च, आथे साडे तख्तियां फड़ियां हुंदियां सी, हिसाब ला ला साडे प्रवेल दी पढ़ाईयां, अज सोफे मार एडे काले स्कूल कमरे स्कूल तो ओदा भी हुंदे सी पर ओ चीजा होर सी, मिट्टी कट्टे असि राती पट्टी पोच के रख लैंदे सां सवेरे सुकनी नहीं, सवेरे वेख ओदा वेख दुआता हुंदिया, मैं बच्चा नु गल्ला सुनाउनी हुंनी हां, मैं ओदे दो तीन सुनाउनी हां, मैं नी निक्की निक्की दुआता हुंदिया सी कालिया दी कच्च दिया ते काली शाही पुड़ियां च पा के पानी पा के फिर ओनू घुमाई जाईदा वी छोटी जी लक्कड़ जी मार के ओ बिलकुल मिक्स हो जांदा ते फिर काने दी कलमां नाल लिखना, बिलकुल काने दी कलम कढ़ के ओदे नाल लिखना ते कापियां ते असी पेंसिल नाल लिखना, भैड़ियां जी कापियां हुंदियां सी हैना ते कलमा करके ओद साडे कोल ना कड़ीकड़ियां ते असि ओदे मां उहनां नू मां बाप चाचियां ताईयां नू आखणा सानू कलम कर दिओ, साडे कोल कड़ी नहीं जांदी वाकई, ते काने किन्ने सख्त हुंदे ने चाकू नाल उहनां कड़मा करके अगो बरीक करके देना ते असि लिखना, जदों जाके स्कूल जाणा ते फिर अद्धी छुट्टी हो जाणी ते साडे स्कूल जाके बड़ा वड्डा तो ताजा पानी दा भरिया असि ओथे फिर पोछ लैंदे, दुपहर हुंदी सी 1 बजे अद्धी छुट्टी, फिर ओनू असि हलानिया रब्बा रब्बा वाह कुला साडी फटी छत्ती सुका, ते असि घर भी जाके कुछ खा के आना हुंदा सी अद्धी छुट्टी, ते असि आंदे चल इत्थे पानी हुणे सुक जाएगी फटी, ओ वक्ता नू याद करो, मेरे हिसाब नाल तो देसी जे कम सन बिलकुल, ते वेख लो दुआता कलमा बोरियां विछा के बहना ते काली शाही नाल लिखना ते पेंसिलां नाल भैड़ी जी कापियां ओदा नहीं सी गत्ते जे दियां उत्ते चढ़े भैड़े जे उहनां उत्ते असि जाके जेड़े सानू ओह कम देंदे असि लिख के जाके विखाउणा ते जेड़ा बोलदे ओह फत्तियां ते लिखना, असि 6वीं 7वीं तक असि बोरियां ते बैठे आ वेख लै, बोरियां विछा के ते कलमा दुआता नाल ही लिखिया, उस तो अगा हौली हौली थोड़ा जिहा माहौल बदलदा गया, देसी काम सन ना, ते ए नहीं सी पेपर नहीं सी हुंदे इम्तिहान, ओदा इम्तिहान मास्टर लैंदे हुंदे सी, साडियां टीचरां नहीं हुंदियां सी विचारियां एवें जिहियां, ते असि ओह कई वारी साडियां मावां आपू ते जाणा ना असि नाल चलियां जाणी, छोटे बच्चे दी आदत हुंदी है असि भी जाणा, अगले दिन जाणा असि आखणा भैण जी कल साडा ढिड दुखदा सी नाले असि आईयां कोनी सा, ते बच्चे नी मावां नू मावां दा इज्जत कर दिया, मावां नू आंदे असि भी जाणा नाल असि भी चलांगे, ओह जिहड़ियां चीजां ना प्यारियां जिहियां मैनूं बड़ियां कई वारी याद आउंदियां ने, अज तुसीं गल कीती ते मैं किन्ने चिर मुंह च ते दिमाग च सोचदी ही रह गई, मैं ओह वक्त केहड़े सी ते अज केहड़े ने वेख लो तुसीं हैना, बरातां आउणियां ना असि इकट्ठियां होके कुड़ियां ने सिठणियां देणियां उहनां नू छंद पाउणे, अज कल रिबन कटींदे ने ना ओदा लोकी छंद पाउंदा ते सिठणियां देंदियां नानकियां नू दादकियां दादकियां देंदियां नानकियां नू, पुराना वेला ते अज रिबन खलोंदियां थालियां च पा खलोंदियां 100 चीजां खान नू, फिर पैसे लैंदियां फिर पटा पटा खपा खपा के विच रिबन कटदियां ने हैना कुड़ियां अजकल, ते असि उस वेले छंद पा देने जिवें कुड़ियां कट जांदे, असि हो गईयां 7वीं 8वीं च आ गईयां सानू सुरत आ गई, असि भी सिख सिख के मावां कोल छंद पाउण लग पईयां सिठणियां देण लग पईयां, वेखना ओ जेड़ा टाइम सी ना सिंपल सादा जिहा बड़ा प्यार जन्ना बरातां तां ओदा नहीं आउंदियां ही हुंदियां सी, विआह हुंदा ही सी ना पर बड़े चंगे लगदे सी, ते मैं कहंदी सां किधर गईयां नी तेरियां नानकियां, ਤੇ ਗਈਆਂ ਨੀ ਤੇਰੀਆਂ ਨਾਨਕੀਆਂ, ਖਾਧੀਆਂ ਸੀ ਮੱਠੀਆਂ ਤੇ ਜੰਮੀਆਂ ਸੀ ਕੱਟੀਆਂ, ਹੁਣ ਕੱਟੀਆਂ ਚਰਾਵਣ ਗਈਆਂ ਨੀ ਬੀਬੀ ਤੇਰੀਆਂ ਨਾਨਕੀਆਂ, ਵਾਹ ਜੀ ਵਾਹ, ਅਸੀਂ ਹਾਜ਼ਰ ਨਾਜ਼ਰ ਫੁੱਲਾਂ ਬਰਾਬਰ ਖੜੀਆਂ ਨੀ ਬੀਬੀ ਤੇਰੀਆਂ ਨਾਨਕੀਆਂ, ਕਿਆ ਬਾਤ ਹੈ, ਖਾਧੇ ਸੀ ਮਾਂ ਤੇ ਜੰਮੇ ਸੀ ਕਾਂ,
ਹੁਣ ਕਾਂ ਕਾਂ ਕਰਦੀਆਂ ਨੀ ਬੀਬੀ ਤੇਰੀਆਂ ਨਾਨਕੀਆਂ ਖਾਧੀਆਂ ਸੀ ਖਿੱਲਾਂ ਤੇ ਜੰਮੀਆਂ ਸੀ ਹਿੱਲਾਂ ਹੁਣ ਅਸਮਾਨਾਂ ਤੇ ਪਾਉਂਦੀਆਂ ਨੀ ਬੀਬੀ ਤੇਰੀਆਂ ਨਾਨਕੀਆਂ ਸੀ ਇਹਦੀਆਂ ਸਿੱਠਣੀਆਂ ਬਹੁਤੀਆਂ ਹੁੰਦੀਆਂ ਸਾ ਤੇ ਫਿਰ ਦੋ ਛੰਦ ਵੀ ਸੁਣਾ ਦਿਆਂ ਕਲਮਾਂ ਦੇ ਨਾਲ ਪੁਰਾਣੇ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਖੀਰਾ ਤੁਸੀਂ ਜਰਾ ਨਾ ਘਬਰਾਇਓ ਥੋਡੀ ਭੈਣ ਨੂੰ ਮੈਂ ਐਂ ਰੱਖੂਗਾ ਜਿਵੇਂ ਮੁੰਦਰੀ ਦੇ ਵਿੱਚ ਹੀਰਾ ਵਾਹ ਜੀ ਵਾਹ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਖੁਰਮਾ ਭੈਣ ਥੋਡੀ ਨੂੰ ਮੈਂ ਐਂ ਰੱਖੂਗਾ ਜਿਵੇਂ ਅੱਖ ਦੇ ਵਿੱਚ ਸੁਰਮਾ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਚੱਕੀ ਇੱਕ ਨੂੰ ਅਸੀਂ ਲੈ ਚੱਲੇ ਦੂਜੀ ਕਰ ਗਏ ਪੱਕੀ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਬੱਲਾ ਸਭੇ ਸਾਰੀਆਂ ਸੋਹਣੀਆਂ ਮੈਂ ਕਿਨੂੰ ਲੈ ਚੱਲਾਂ ਅਸੀਂ ਇਹ ਜੇ ਕੰਮ ਕਰਦੀਆਂ ਹੁੰਦੀਆਂ ਸੀ ਉਹਦਾ ਓਕੇ ਬੇਟਾ ਟਕਾਲ ਪੁਰਾਣੇ ਵੇਲੇ ਸਾਨੂੰ ਚਲ ਆਪਾਂ ਆਦਤ ਆਪਾਂ ਥੋੜਾ ਜਿਹਾ ਹੱਸਣਾ ਖੇਡਣਾ ਬਸ ਬਿਲਕੁਲ ਜੀ ਬਿਲਕੁਲ ਗਿਲੰਡੀ ਤਾਂ ਮੈਂ ਸੁਣਾਇਆ ਤੁਹਾਨੂੰ ਕਲਮਾਂ ਦੇ ਨਾਲ ਮਨਪ੍ਰੀਤ ਕੌਰ ਜੀ ਪਿੰਡ ਵਾਂਦਰ ਤੋਂ ਜੁੜ ਗਏ ਨੇ ਜੀ ਉਸ ਤੋਂ ਬਾਅਦ ਸੁਰਜੀਤ ਸਿੰਘ ਔਲਖ ਸਾਡੇ ਨਾਲ ਨੇ ਭੀਮ ਸੈਨ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਸੋ ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਗਗਨ ਜੀ ਮੀਂਹ ਵਾਲੀ ਸ਼ਾਮ ਦੀ ਗੁੱਡ ਈਵਨਿੰਗ ਸਤਿ ਸ੍ਰੀ ਅਕਾਲ ਮਨਪ੍ਰੀਤ ਜੀ ਤੇ ਮੀਂਹ ਵਾਲੀ ਸ਼ਾਮ ਦੀ ਮੇਰੇ ਵੱਲੋਂ ਵੀ ਤੁਹਾਨੂੰ ਗੁੱਡ ਈਵਨਿੰਗ ਭੂਰ ਪੈ ਰਹੀ ਹੈ ਛੋਟੀ ਛੋਟੀ ਕਣੀ ਦਾ ਮੀਂਹ ਹੈ ਪਰ ਨਾਲ ਨਾਲ ਦਿਲ ਵੀ ਤੱਕ ਤੱਕ ਕਰ ਰਿਹਾ ਕਿਉਂਕਿ ਸਾਡੀਆਂ ਫਸਲਾਂ ਜਦੋਂ ਵਿਛ ਜਾਂਦੀਆਂ ਨੇ ਨਾ ਫਿਰ ਖੁਸ਼ੀ ਜਿਹੜੀ ਹੈ ਨਾ ਉਹ ਖੁਸ਼ੀ ਚ ਬਦਲਦੀ ਹੋਈ ਨਹੀਂ ਲੱਗਦੀ ਪਤਾ ਜੀ ਇਹ ਨਾ ਕੁਦਰਤੀ ਨਿਯਮ ਹੈ ਕਹਿੰਦੇ ਪੱਕੀ ਫਸਲ ਤੇ ਬਾਰਿਸ਼ ਹੁੰਦੀ ਹੈ ਨਾ ਜਦੋਂ ਐ ਨੀ ਪਤਾ ਆਪਾਂ ਨੂੰ ਵੀ ਬੈਨੀਫਿਟ ਹੁੰਦਾ ਕਿ ਨੁਕਸਾਨ ਹੁੰਦਾ ਪਰ ਹੁੰਦੀ ਪੱਕਾ ਪੱਕਾ ਹੁੰਦੀ ਹੈ ਬਿਲਕੁਲ ਮਨਪ੍ਰੀਤ ਜੀ ਗੱਲ ਤੁਹਾਡੀ ਸਹੀ ਹੈ ਮੈਨੂੰ ਵੀ ਮਤਲਬ ਜੇ ਆਪਾਂ ਦੇਖੀਏ ਤਾਂ ਹਰ ਵਾਰ ਤਕਰੀਬਨ ਇਸ ਮੌਸਮ ਦੇ ਵਿੱਚ ਆ ਕੇ ਇਹ ਗੱਲਾਂ ਅਸੀਂ ਸੁਣਦੇ ਹਾਂ ਤੇ ਸਾਨੂੰ ਪਤਾ ਹੁੰਦਾ ਕਿ ਸਾਡੀਆਂ ਫਸਲਾਂ ਦਾ ਨੁਕਸਾਨ ਵੀ ਹੁੰਦਾ ਬਸ ਇੰਨਾ ਹੈ ਕਿ ਫਸਲਾਂ ਦਾ ਝਾੜ ਜਿਹੜਾ ਉਹਦੇ ਤੇ ਅਸਰ ਨਾ ਪਵੇ ਖੈਰ ਬਰਸਾਤ ਹੈ ਉਹਨੇ ਹੋਣੀ ਹੈ ਕੁਦਰਤ ਦੇ ਰੂਲ ਨੇ ਕੁਦਰਤ ਦੇ ਨਿਯਮ ਨੇ ਸ਼ਾਇਦ ਇਹਦੇ ਵਿੱਚ ਵੀ ਕੋਈ ਨਾ ਕੋਈ ਰਾਜ਼ ਹੋਊਗਾ ਕੁਦਰਤ ਦਾ ਕੋਈ ਇਸ਼ਾਰਾ ਹੋਊਗਾ ਕੁਦਰਤ ਦਾ ਕੋਈ ਆਪਣੇ ਲਈ ਕੋਈ ਇਸ਼ਾਰਾ ਹੁੰਦਾ ਜੋ ਆਪਾਂ ਫਿਕਰ ਪਹੁੰਚਾਉਂਦੇ ਆ ਬਸ ਇਹਨਾਂ ਦੀ ਲੀਲਾ ਕਹਿੰਦੇ ਇਹੀ ਜਾਣੇ ਹਨਾ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਫੇਰ ਕਿਹੜੇ ਸਕੂਲ ਚ ਲੈ ਕੇ ਜਾਓਗੇ ਤੁਸੀਂ ਸਾਨੂੰ ਅੱਜ ਆਪਣੇ ਨਾਲ ਮੈਂ ਤਾਂ ਲੈ ਕੇ ਜਾਊਂਗੀ ਜੀ ਪ੍ਰਾਇਮਰੀ ਸਕੂਲ ਚ ਚਲੋ ਫੇਰ ਆਪਾਂ ਚੱਲਦੇ ਆ ਬੋਰੀ ਬੋਰੀ ਪਾਲੀ ਚੋਲੇ ਚ ਹਾਂਜੀ ਬੋਰੀ ਦਾ ਮੈਨੂੰ ਬਹੁਤ ਸ਼ੌਂਕ ਸੀ ਚਿੱਟੀ ਚਿੱਟੀ ਬੋਰੀ ਲੈ ਕੇ ਜਾਣੀ ਤੇ ਭੋਰਾ ਵੀ ਮੈਲੀ ਨੀ ਕਰਦੇ ਸੀ ਆਪਾਂ ਤਾਂ ਅੱਛਾ ਧੋ ਕੇ ਵੀ ਰੱਖਦੇ ਹੁੰਦੇ ਸੀ ਜਦੋਂ ਛੁੱਟੀ ਹੋਣੀ ਪਹਿਲਾਂ ਬੋਰੀ ਧੋਣੀ ਜੀ ਫਿਰ ਬੈਗ ਧੋਣਾ ਉਹ ਵੀ ਬੋਰੀ ਦਾ ਹੀ ਹੁੰਦਾ ਸੀ ਗਰੀਬਾਂ ਕੋਲੇ ਉਦੋਂ ਕਿਹੜੀਆਂ ਕਿੱਟਾਂ ਕੁੱਟਾਂ ਹੁੰਦੀਆਂ ਸੀ ਬਿਲਕੁਲ ਮਨਪ੍ਰੀਤ ਜੀ ਪਰ ਤੁਸੀਂ ਇਹ ਦੇਖੋ ਵੀ ਜਦੋਂ ਝੋਲੇ ਨੂੰ ਅਸੀਂ ਧੋ ਲੈਣਾ ਚਮਕਾ ਲੈਣਾ ਵਿੱਚ ਕਿਤੇ ਰੱਬ ਨਾ ਕਰੇ ਦਵਾਈ ਵਾਲੀ ਜਿਹੜੀ ਸਿਆਹੀ ਵਾਲੀ ਜਿਹੜੀ ਦਵਾਤ ਹੁੰਦੀ ਉਹਦਾ ਢੱਕਣ ਖੁੱਲ ਜਾਣਾ ਫਿਰ ਕਿੰਨਾ ਬੁਰਾ ਲੱਗਦਾ ਸੀ ਉਹ ਤਾਂ ਫਿਰ ਐ ਲੱਗਦਾ ਹੁੰਦਾ ਸੀਗਾ ਜਿਵੇਂ ਹਨੇਰੇ ਚ ਨਾ ਉਹ ਕਹਿੰਦੇ ਹੁੰਦੇ ਬੱਲੋ ਜਾ ਕੇ ਪੈਂਦਾ ਜਿੱਥੇ ਜਿੱਥੇ ਕਾਲਾ ਕਾਲਾ ਸਾਫ ਪੈ ਗਿਆ ਪਤਾ ਇੱਕ ਵਾਰ ਮੈਂ ਅੱਠਵੀਂ ਕਲਾਸ ਚ ਸੀਗੀ ਹਨਾ ਜੀ ਮੈਂ ਬੈਗ ਬਣਾਇਆ ਇੱਕ ਤਣੀ ਦਾ ਬੋਰੀ ਦਾ ਹੀ ਬਣਾਇਆ ਸੀਗਾ ਅੱਛਾ ਤੇ ਉਹਦੇ ਬੈਗ ਦੇ ਨਾ ਮੈਂ ਤਣੀ ਦੇ ਉੱਪਰ ਸੂਈ ਨਾਲ ਮੱਖੀ ਟੋਪਾ ਪਾਇਆ ਸੀ ਕਾਲੇ ਰੰਗ ਦਾ ਬੈਗ ਦੇ ਉਰਲੇ ਪਾਸੇ ਵੀ ਪਰਲੇ ਪਾਸੇ ਤਣੀ ਦੇ ਉੱਤੇ ਬੜਾ ਸੋਹਣਾ ਲੱਗਦਾ ਸੀਗਾ ਬੈਗ ਬਾਂਹ ਚ ਪਾਇਆ ਅੱਛਾ ਪੜ੍ਹਨ ਦੇ ਵਿੱਚ ਮਤਲਬ ਆਪਾਂ ਕਹਿ ਸਕਦੇ ਫਿਰ 2G ਵਾਲੀ ਸਪੀਡ ਹੀ ਸੀ ਆਪਣੀ ਨਹੀਂ ਆਪਾਂ 33 ਵਾਲੀ ਲੈਣ ਚ ਸੀ ਅੱਛਾ ਫਿਰ ਤਾਂ ਠੀਕ ਹੈ ਮਤਲਬ 33 ਵਾਲੀ ਲੈਣ ਜਿਵੇਂ ਪੈਸੇਂਜਰ ਗੱਡੀ ਵਾਂਗੂ ਹੌਲੀ ਹੌਲੀ ਸਟੇਸ਼ਨ ਤੇ ਪਹੁੰਚਾ ਦਿੰਦੀ ਸੀ ਕਹਿੰਦੇ ਜੀ ਕਹਿੰਦੇ ਵੇਖੋ ਚੁੰਡੀ ਚੁਟਕੀ ਠੋਕਰ ਛੇਦਾ ਛੇਲੂ ਕਿਹਨੂੰ ਕਹਿੰਦੇ ਨੇ ਉਂਦਾ ਭੌਂਡੜ ਝੱਡੂ ਸਿਧਰਾ ਲੇਲਾ ਕਿਸ ਨੂੰ ਕਹਿੰਦੇ ਨੇ ਪੇਂਡੂ ਵੀ ਹੁਣ ਆਖਣ ਲੱਗ ਪਏ ਲੋਕੀ ਕੱਦੂ ਅੱਲਾ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਨੂੰ ਕਿਆ ਬਾਤ ਹੈ ਕਹਿੰਦੇ ਨੇਰੀ ਝੱਖੜ ਝੋਲਾ ਠੱਕਾ ਅਤੇ ਵੇਲਾ ਕੀ ਹੁੰਦਾ ਹੈ ਰੱਤੀ ਮਾਸੇ ਤੋਲਾ ਤੇ ਸਟੰਕਾਂ ਕੀ ਹੁੰਦੀਆਂ ਨੇ ਦੱਸੋ ਤੋਲਾ ਕੀ ਹੁੰਦਾ ਕੌੜ ਤੁੰਮੇ ਤੇ ਚਿੱਬੜ ਕਹਿੰਦੇ ਲੱਗਦੇ ਕਿਹੜੀਆਂ ਰੁੱਤਾਂ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਲੋਕੀ ਪੁਰਾਣੀਆਂ ਗੱਲਾਂ ਨੂੰ ਵਾਹ
ਕਹਿੰਦੇ ਘੁੰਡ ਚਟਾਈ ਵੇਖ ਵਿਖਾਈ ਲਾਵਾਂ ਫੇਰੇ ਕੀ ਹੁੰਦੇ ਨੇ ਨੰਦ ਰੋਪਣਾ ਤੋਰ ਤਰਾਈ ਫੇਰਾ ਸਿੱਖਿਆ ਕੀ ਹੁੰਦੇ ਨੇ ਮਰਗ ਮਕਾਨਾਂ ਤੇ ਫੁੱਲ ਪਾਉਣੇ ਪੁੱਛਣ ਪਾਣੀ ਦੀਆਂ ਛੱਲਾਂ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਨੂੰ ਵਾਹ ਜੀ ਵਾਹ ਧੰਨਵਾਦ ਬਹੁਤ ਸੋਹਣੀ ਰਚਨਾ ਤੇ ਜਿਹੜੇ ਸ਼ਬਦ ਇਸ ਵਿਚ ਆਏ ਨੇ ਨਾ ਸੋ ਵਾਕਈ ਦਿਲ ਨੂੰ ਛੂੰਦੇ ਨੇ ਤੇ ਸਾਨੂੰ ਲੱਗਦਾ ਕਿ ਇਹਨਾਂ ਸ਼ਬਦਾਂ ਨੂੰ ਵਾਕਈ ਸਾਨੂੰ ਜਿਉਂਦੇ ਰੱਖਣਾ ਚਾਹੀਦਾ ਹੈ ਤੇ ਜੇ ਬਾਹਰ ਹਵਾ ਚੱਲਦੀ ਹੋਵੇ ਤੇਜ਼ ਤੇ ਅਸੀਂ ਤੂਫਾਨ ਨੀ ਕਹਿਣਾ ਅਸੀਂ ਕਹਿਣਾ ਝੱਖੜ ਝੋਲਾ ਝੂਲ ਰਿਹਾ ਤੇ ਖੈਰ ਇੰਨੀ ਕੁ ਗਰੰਟੀ ਹੈ ਕਿ ਜਿੰਨਾ ਚਿਰ ਆਪਾਂ ਹੈਗੇ ਆ ਨਾ ਆਪਾਂ ਰੇਡੀਓ ਤੇ ਇਹਨਾਂ ਸ਼ਬਦਾਂ ਨੂੰ ਜਿਉਂਦੇ ਰੱਖਣਾ ਤੇ ਕੋਸ਼ਿਸ਼ ਕਰਨੀ ਹੈ ਕਿ ਸਾਡੀ ਜ਼ੁਬਾਨ ਤੇ ਇਹ ਸ਼ਬਦ ਦੁਬਾਰਾ ਤੋਂ ਆਉਣ ਬਿਲਕੁਲ ਇਹ ਵੀ ਨੀ ਜੀ ਕਿਸੇ ਨੂੰ ਪਤਾ ਹੋਣਾ ਹੈ ਨਾ ਜੀ ਕਹਿੰਦੇ ਡੋਕਾ ਕੀ ਹੁੰਦਾ ਹੈ ਹੁੰਦੀ ਕੀ ਲਾਟਣ ਅਤੇ ਜਾਗੋ ਜੀ ਦੱਸੋ ਅੱਜ ਕੱਲ ਦੇ ਮੱਲਾਂ ਨੂੰ ਹੌਲੀ ਹੌਲੀ ਭੁੱਲਦੇ ਜਾਂਦੇ ਲੋਕ ਪੁਰਾਣੀਆਂ ਗੱਲਾਂ ਕਿਆ ਬਾਤ ਹੈ ਵਾਕਈ ਮਨਪ੍ਰੀਤ ਜੀ ਪੁਰਾਣੇ ਵੇਲਿਆਂ ਦੇ ਵਿਚ ਲੈ ਗਏ ਸਕੂਲਾਂ ਤੋਂ ਤੁਸੀਂ ਜਮਾਂ ਪਿੰਡਾਂ ਦੇ ਪੁਰਾਣੇ ਕੱਚੇ ਘਰਾਂ ਦੇ ਵਿਚ ਤੇ ਜਿੱਥੇ ਸਾਡੀ ਭਾਸ਼ਾ ਦੇ ਵਿਚ ਹਮੇਸ਼ਾ ਰਲਗੱਡ ਸ਼ਬਦ ਹੁੰਦੇ ਸੀ ਤੇ ਬੜੇ ਪਿਆਰੇ ਲੱਗਦੇ ਸੀ ਤੇ ਸਾਡੀ ਜ਼ੁਬਾਨ ਦਾ ਇਕ ਹਿੱਸਾ ਹੁੰਦੇ ਸੀ ਸੋ ਬਹੁਤ ਵਧੀਆ ਲੱਗਿਆ ਬਹੁਤ ਸੋਹਣੇ ਤਰੀਕੇ ਦੇ ਨਾਲ ਇਸ ਮੰਚ ਤੇ ਤੁਸੀਂ ਆਏ ਤੇ ਸਕੂਲ ਦੀਆਂ ਕਹਾਣੀਆਂ ਸੁਣਾਈਆਂ ਸੋ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਸਾਂਝ ਬਣਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਬਿਲਕੁਲ ਜੀ ਇਹ ਸਨ ਮਨਪ੍ਰੀਤ ਜੀ ਜੋ ਬਹੁਤ ਸੋਹਣੀਆਂ ਗੱਲਾਂ ਜਿਹੜੀਆਂ ਸਾਨੂੰ ਸੁਣਾ ਕੇ ਗਏ ਨੇ ਤੇ ਹੁਣ ਇਸ ਵੇਲੇ ਸਾਡੇ ਨਾਲ ਜੁੜੇ ਹੋਏ ਨੇ ਭੀਮ ਸੈਨ ਜੀ ਬਹੁਤ ਸਾਰੇ ਮੇਰੇ ਕੋਲ ਤੁਹਾਡੇ ਸੁਨੇਹੇ ਤੇ ਨਾਲ ਨਾਲ ਸੁਰਜੀਤ ਜੀ ਔਲਖ ਜਿਹੜੇ ਆ ਉਹ ਵੀ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਤੇ ਨਾਲ ਨਾਲ ਮੇਰੇ ਕੋਲ ਤੁਹਾਡੇ ਜਿਹੜੇ ਸੁਨੇਹੇ ਆ ਰਹੇ ਨੇ ਤੇ ਲੋ ਜੀ ਅੱਜ ਸਾਡੇ ਨਾਲ ਨਾ ਇੱਕ ਨਵੇਂ ਸਰੋਤੇ ਜੁੜੇ ਨੇ ਸੋ ਸਤਿ ਸ੍ਰੀ ਅਕਾਲ ਜੀ ਅੱਜ ਐਰਨ ਸਿੰਘ ਮਨੀਸ਼ਾ ਰਸ਼ਪਾਲ ਤੇ ਪ੍ਰਿੰਸ ਸਾਰੇ ਪਰਿਵਾਰ ਦੀ ਹਾਜ਼ਰੀ ਕਬੂਲ ਕਰੋ ਸੋ ਬਿਲਕੁਲ ਰਸ਼ਪਾਲ ਜੀ ਤੁਹਾਡੀ ਸਾਰੇ ਪਰਿਵਾਰ ਦੀ ਹਾਜ਼ਰੀ ਕਬੂਲ ਤੇ ਬੜਾ ਵਧੀਆ ਲੱਗਿਆ ਅੱਜ ਐਰਨ ਦਾ ਨਾਮ ਮਨੀਸ਼ਾ ਜੀ ਦਾ ਨਾਮ ਤੇ ਪ੍ਰਿੰਸ ਨਵੇਂ ਨਾਮ ਜਿਹੜੇ ਆ ਸਾਡੇ ਨਾਲ ਪਹੁੰਚੇ ਨੇ ਤੇ ਸਾਡੇ ਸਾਰੇ ਦਿਲ ਦੇ ਵਿਚ ਵਸਣ ਵਾਲੇ ਸਰੋਤੇ ਸੋ ਤੁਸੀਂ ਸਾਰੇ ਇਸ ਪਰਿਵਾਰ ਦਾ ਹਿੱਸਾ ਹੋ ਸੋ ਬਹੁਤ ਵਧੀਆ ਲੱਗਿਆ ਅੱਜ ਤੁਹਾਡੀ ਸਾਰਿਆਂ ਦੀ ਹਾਜ਼ਰੀ ਤੇ ਬਿਲਕੁਲ ਕਬੂਲ ਹੈ ਜੀ ਤੇ ਨਾਲ ਕੁਲਵੰਤ ਕੌਰ ਜੀ ਇਟਲੀ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁੜੇ ਹੋਏ ਨੇ ਗਗਨ ਜੀ ਅੱਜ ਕਹਿੰਦੇ ਮੇਰੇ ਦੋਹਤੇ ਦਾ ਜਨਮ ਦਿਨ 3 ਸਾਲ ਦਾ ਹੋ ਗਿਆ ਸੋ ਕਿਆ ਬਾਤ ਹੈ ਮੇਰੇ ਵੱਲੋਂ ਕਮਲਜੀਤ ਜੀ ਤੇ ਤਮਾਮ ਸਰੋਤਿਆਂ ਵੱਲੋਂ ਰੇਡੀਓ ਚੰਨ ਪਰਦੇਸੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਹ ਪਿਆਰੇ ਜੇ ਸੋਹਣੇ ਜੇ ਰਾਜਕੁਮਾਰ ਨੂੰ ਸਾਨੂੰ ਨਾਮ ਵੀ ਦੱਸੋ ਜੀ ਇਹ ਕੌਣ ਨੇ ਕਿਉਂਕਿ ਬਹੁਤ ਹੀ ਪਿਆਰੇ ਲੱਗ ਰਹੇ ਨੇ ਸਿਰ ਤੇ ਪਟਕਾ ਬੰਨਿਆ ਹੋਇਆ ਤੇ ਕੋਟ ਪੈਂਟ ਪਾਇਆ ਜੀ ਲਾਲ ਰੰਗ ਦੀ ਟਾਈ ਕਿਆ ਬਾਤ ਹੈ ਬੜੇ ਪਿਆਰੇ ਨੰਨੇ ਮੁੰਨੇ ਤੇ ਢੇਰ ਸਾਰੀਆਂ ਦੁਆਵਾਂ ਪਰਮਾਤਮਾ ਰਹਿੰਦੀ ਦੁਨੀਆਂ ਤੱਕ ਹਰ ਖੁਸ਼ੀ ਜਿਹੜੀ ਉਹਨਾਂ ਦੀ ਝੋਲੀ ਪਾਵੇ ਸੋ ਨਾਮ ਅਸੀਂ ਕਮਲਜੀਤ ਜੀ ਜ਼ਰੂਰ ਜਾਣਨਾ ਚਾਹਾਂਗੇ ਇਸ ਛੋਟੇ ਜਿਹੇ ਨੰਨੇ ਮੁੰਨੇ ਪ੍ਰਿੰਸ ਦਾ ਜੋ ਹੋ ਗਿਆ ਜੀ ਇਸ ਵੇਲੇ 3 ਸਾਲ ਦਾ ਸੋ ਹੈਪੀ ਜੀ ਬੈਲਜੀਅਮ ਤੋਂ ਪ੍ਰੋਗਰਾਮ ਦੇ ਨਾਲ ਹਮੇਸ਼ਾ ਦੀ ਤਰ੍ਹਾਂ 5 ਵਾਰ ਸਤਿ ਸ੍ਰੀ ਅਕਾਲ ਜਿਹੜੀ ਇਹਨਾਂ ਵੱਲ ਪਹੁੰਚ ਗਈ ਤੇ ਨਾਲ ਨਾਲ ਜਸਵਿੰਦਰ ਜੀ ਵਿਨੀਪੈਗ ਤੋਂ ਬਹੁਤ ਸਾਰੀਆਂ ਕਾਲਸ ਜਸਵਿੰਦਰ ਜੀ ਆਉਂਦੇ ਆ ਤੁਹਾਡੇ ਵੱਲ ਤੇ ਰਾਮਜੀਤ ਖੰਗੂੜਾ ਜੀ ਵੀ ਪ੍ਰੋਗਰਾਮ ਦੇ ਨਾਲ ਸਤਿ ਸ੍ਰੀ ਅਕਾਲ ਗਗਨ ਜੀ ਨਾਈਸ ਟਾਪਿਕ ਬਚਪਨ ਨੂੰ ਯਾਦ ਕਰਵਾ ਦਿੱਤਾ ਸਾਡੇ ਟੀਚਰ ਸਾਨੂੰ ਕਹਿੰਦੇ ਖੁਦ ਘੜ ਕੇ ਦਿੰਦੇ ਹੁੰਦੇ ਸੀ ਕਲਮਾਂ ਬਹੁਤ ਫੱਟੀਆਂ ਪਹੁੰਚੀਆਂ ਨੇ ਵਾਜੀਵਾ ਗਿੱਲਾਂ ਦੀ ਕਿਆ ਬਾਤ ਹੈ ਬਹੁਤ ਖੂਬ ਭੁੱਲੇ ਵਿਸਰੇ ਸ਼ਬਦ ਮਨਪ੍ਰੀਤ ਜੀ ਬਹੁਤ ਵਧੀਆ ਲੱਗਿਆ ਤੇ ਨਾਲ ਨਾਲ ਸੂਰਜ ਪ੍ਰਕਾਸ਼ ਜੀ ਦੀਨਾ ਨਗਰ ਤੋਂ ਪ੍ਰੋਗਰਾਮ ਦੇ ਨਾਲ ਨੇ ਜੀ ਕਹਿੰਦੇ ਬਹੁਤ ਹੀ ਸੋਹਣਾ ਪ੍ਰੋਗਰਾਮ ਚੱਲ ਰਿਹਾ ਬਹੁਤ ਬਹੁਤ ਸ਼ੁਕਰੀਆ ਜੱਸੀ ਚਾਹਲ ਜੀ ਮਲੇਰਕੋਟਲਾ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਸੋ ਜੱਸੀ ਚਾਹਲ ਜੀ ਅੱਜ ਪ੍ਰੋਗਰਾਮ ਦੇ ਨਾਮ ਦਾ ਭੁਲੇਖਾ ਪੈ ਗਿਆ ਸੀ ਖੈਰ ਨਹੀਂ ਅੱਜ ਆਪਾਂ ਵਾਕਈ ਸੰਦੀਪ ਲਾਈਵ ਪ੍ਰੋਗਰਾਮ ਕਰ ਰਹੇ ਹਾਂ ਜੋ ਹਮੇਸ਼ਾ ਗੁਰਪ੍ਰੀਤ ਚਾਹਲ ਸਰ ਕਰਦੇ ਨੇ ਤੇ ਅੱਜ ਉਨ੍ਹਾਂ ਦੀ ਜਗ੍ਹਾ ਤੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਹੈਗੇ ਹਾਂ ਤੇ ਅੱਜ ਆਪਣੀ ਸਾਂਝ ਪੈ ਗਈ ਹੈ ਭੀਮ ਸੈਨ ਜੀ ਸਾਡੇ ਨਾਲ ਲਾਈਨ ਤੇ ਵੀ ਜੁੜੇ ਨੇ ਕਾਲ ਦੇ ਜ਼ਰੀਏ ਵੀ ਜੁੜੇ ਹੋਏ ਨੇ ਤੇ ਮੈਸੇਜ ਦੇ ਜ਼ਰੀਏ ਵੀ ਤੇ ਬਾਕੀ ਦੇ ਮੈਸੇਜ ਕਰਦੇ ਹਾਂ ਸਾਂਝੇ ਪਰ ਆਪਾਂ ਪਹਿਲਾਂ ਭੀਮ ਜੀ ਨਾਲ ਸਾਂਝ ਬਣਾ ਲਈਏ ਫਿਰ ਆਪਾਂ ਸੁਰਜੀਤ ਜੀ ਵੱਲ ਚੱਲਾਂਗੇ ਫਿਰ ਜਸਵਿੰਦਰ ਜੀ ਤੁਹਾਡੇ ਵੱਲ ਆਉਂਦੇ ਹਾਂ ਫਿਰ ਮੇਜਰ ਮਾਨ ਤੁਹਾਡੀ ਕਾਲ ਵੀ ਆ ਰਹੀ ਹੈ ਤੁਹਾਡੇ ਵੱਲ ਵੀ ਅਸੀਂ ਸਾਂਝ ਜ਼ਰੂਰ ਪਾਉਣ ਆਵਾਂਗੇ ਸੋ ਭੀਮ ਜੀ ਸਵਾਗਤ ਪ੍ਰੋਗਰਾਮ ਚ ਸਭ ਤੋਂ ਪਹਿਲਾਂ ਤੁਹਾਨੂੰ ਰੇਡੀਓ ਸੁਣਨ ਵਾਲੇ ਸਾਰੇ ਸਰੋਤਾਂ ਨੂੰ ਅਣੀਕੇ ਤਰਾਜਣੀ ਕਾਟ ਵੱਲੋਂ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਜੀ ਜੀ ਤੁਹਾਨੂੰ ਵੀ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਤੇ ਨਾਲ ਨਾਲ ਪ੍ਰੋਗਰਾਮ ਚ ਸਵਾਗਤ ਸਵਾਗਤ ਤਾਂ ਤੁਸੀਂ ਕਰੋਗੇ ਘੰਟਾ ਲੇਟ ਕਰਕੇ ਮੇਰੀ ਫੱਟੀ ਕੋਈ ਸੀ ਤੁਸੀਂ ਮੀਂਹ ਪਈ ਜਾਂਦਾ ਇੱਕ ਟਾਈਮ ਜਦੋਂ ਪਹੁੰਚ ਹੀ ਗਏ ਨਾ ਤਮਾਮ ਸਰੋਤਿਆਂ ਨਾਲ ਸਾਂਝ ਬਣਾਉਣ ਨਹੀਂ ਪਹੁੰਚ ਗਏ ਹੁਣ ਤੁਸੀਂ ਗੱਲ ਕੀਤੀ ਤਾਂ ਮੈਂ ਨਾ ਰਾਜਕੁਮਾਰ ਦੇ ਜਨਮ ਦਿਨ ਤੇ ਪਰਿਵਾਰ ਵੱਲੋਂ ਪੂਰੀਆਂ ਬਹੁਤ ਬਹੁਤ ਮੁਬਾਰਕਾਂ ਦੇਣੀਆਂ ਢੇਰ ਸਾਰੀਆਂ ਤੇ ਬਾਕੀ ਆ ਹੁਣ ਤੁਸੀਂ ਗੱਲ ਕਰਕੇ ਗਏ ਹੋ ਨਾ ਜੀ ਕਿ ਸਾਡੇ ਟੀਚਰ ਬਾਈ ਕਹਿੰਦੇ ਸੀ ਵੀ ਸਾਨੂੰ ਕਲਮ ਘੱਟ ਕੇ ਦਿੰਦੇ ਸੀਗੇ
ਉਹ ਸ਼ੁਕਰ ਹੈ ਤੁਹਾਨੂੰ ਟੀਚਰ ਚੰਗੇ ਮਿਲੇ, ਸਾਡੇ ਟੀਚਰ ਤਾਂ ਸਾਡੀ ਪੱਤੀ ਨਾਲ ਸਾਨੂੰ ਘੜ ਦਿੰਦੇ ਸੀ। ਅੱਛਾ ਕਿੰਨੀ ਕੁ ਵਾਰ ਘੜਿਆ ਤੁਹਾਨੂੰ? ਮੈਂ ਤੂੰ ਕੀ ਦੱਸਾਂ ਜੀ ਹੁਣ, ਇੰਨਾ ਕੁ ਘੜਦੇ ਘਰੇ ਆ ਕੇ ਲੜਦੇ ਪੱਟੀ ਮਾਰਦੇ ਚਲਾ ਕੇ ਉਹ ਡੂਡਣਾ ਟੁੱਟ ਜਾਣਾ, ਤੇ ਡੂਡਣਾ ਪੱਤੀ ਨਵੀਂ ਲਿਆ ਕੇ ਦੇਣੀ ਨੀ, ਉਹਨੂੰ ਪੱਤੀਆਂ ਲਾ ਕੇ ਜੋੜਦਾ। ਅੱਛਾ ਪੱਤੀਆਂ ਲਾ ਕੇ ਜੋੜਨਾ, ਫਿਰ ਮਨ ਚ ਗੁੱਸਾ ਤਾਂ ਬੜਾ ਆਉਂਦਾ ਹੋਣਾ ਜਦੋਂ ਬੱਚਿਆਂ ਦੀਆਂ ਸਾਫ਼ ਸੋਹਣੀਆਂ ਸੋਹਣੀਆਂ ਫੱਟੀਆਂ ਦੇਖਦੇ ਸੀ ਤੇ ਤੁਹਾਡੀ ਜਿਹੜੀ ਹੈ ਜ਼ਖਮੀ ਫੱਟੀ। ਕੱਲੀ ਜ਼ਖਮੀ ਫੱਟੀ ਨਹੀਂ, ਫੱਟੀ ਜ਼ਖਮ ਸਾਨੂੰ ਵੀ ਕਰ ਦਿੰਦੀ ਸੀ। ਉਹ ਪੋਚਣ ਵੇਲੇ ਅਸੀਂ ਝਾਕਦੇ ਆ, ਉਹਦੀ ਫੱਟੀ ਦਬਦਾ ਪੋਚਾ ਮਾਰ ਦੇਣਾ, ਸਾਡੇ ਪੱਤੀ ਹੱਥ ਚ ਵੱਜ ਜਾਂਦੀ, ਡਬਲ ਕੰਮ ਹੋ ਜਾਂਦਾ। ਜਦ ਗੱਲ ਤਾਂ ਅੱਜ ਤਾਂ ਆਹ ਕੁਛ ਗਿਆ, ਬਾਕੀ ਕੱਲੀ ਫੱਟੀ ਨੀ, ਅੱਜ ਕੱਲ ਤਾਂ ਕੀ ਅੱਜ ਫੱਟੀਆਂ ਹੈਗੀ, ਅੱਜ ਫੱਟੀ ਪੋਚਣ ਵਾਲੇ ਵਾਲੇ ਆ। ਸਹੀ ਗੱਲ ਹੈ, ਕਿਉਂਕਿ ਅੱਗੇ ਤਾਂ ਫੱਟੀ ਪੋਚਦੇ ਲਿਖ ਦਿੰਦੇ ਸੀਗੇ, ਲਿਖਣ ਵਾਲੇ ਘੱਟ ਆ, ਪੋਚਣ ਵਾਲੇ ਵਾਲੇ ਆ। ਤੇ ਫੱਟੀ ਦੇ ਨਾਲ ਇੱਕ ਉਹ ਹੁੰਦਾ ਜੀ ਬੁਗਤਾ, ਬੁਗਤਾ ਕਹਿੰਦੇ ਸੀ ਜਿਹਦੇ ਤੇ ਰਬੜ ਦਾ ਡਾਟਾ ਲੱਗਿਆ ਹੁੰਦਾ, ਸ਼ਾਹੀ ਪਾਉਂਦੇ ਹੁੰਦੇ ਸੀਗੇ। ਜੀ ਬਿਲਕੁਲ। ਅੱਛਾ ਭੀਮ ਜੀ, ਜਿਹੜੇ ਡਾਟੇ ਵੀ ਹੁੰਦੇ ਸੀ ਉਹ ਵੀ ਦਵਾਈਆਂ ਵਾਲੀਆਂ ਸ਼ੀਸ਼ੀਆਂ ਤੋਂ ਲਾਹ ਲਾ ਇਕੱਠੇ ਕਰਦੇ ਸੀ? ਦਵਾਈਆਂ ਵਾਲੀ ਤੋਂ ਲਾਉਂਦੇ ਜੀ, ਸਾਡੇ ਨਾਲ ਤਾਂ ਕੀ ਹੁੰਦਾ ਸੀ, ਕਈ ਵਾਰੀ ਕੀ ਹੁੰਦਾ ਨਾ ਕਿਸੇ ਆਪਦੀ ਦਵਾਈ ਇੱਥੇ ਡੁੱਲ ਦਿੰਦੇ, ਕਿਸੇ ਦਾ ਚੱਕ ਲੈਣਾ ਬੁਗਤਾ, ਕਿਹਦੇ ਚੱਕ ਕੇ ਜੇ ਪਾਲਣ ਦਾ ਖਾਕੀ ਹੁੰਦੀ, ਬੁਗਤਾ ਖੁੱਲ ਜਾਣਾ, ਨਾ ਤਾਂ ਸਾਰੀ ਪੈਂਟ ਭਰ ਜਾਣੀ ਮਿਲੀ ਚਾਹੀ ਨਾਲ। ਪਹਿਲਾਂ ਤਾਂ ਟੀਚਰਾਂ ਤੋਂ ਕੁੱਟ ਖਾਂਦੇ, ਫਿਰ ਘਰੇ ਆ ਕੇ ਕੁੱਟ ਖਾਂਦੇ। ਸਹੀ ਗੱਲ ਹੈ ਬਿਲਕੁਲ। ਸੋ ਦੇਖ ਲੋ ਵੀ ਇਹ ਜਿਹੜੀਆਂ ਫਿਰ ਫੱਟੀਆਂ ਹੁੰਦੀਆਂ ਸੀ ਨਾ, ਉਹ ਕੁੱਟ ਵੀ ਦਿੰਦੀਆਂ ਸੀ ਤੇ ਕੁੱਟ ਪਵਾ ਵੀ ਦਿੰਦੀਆਂ ਸੀ ਤੇ ਸਾਡੀ ਲਿਖਾਈ ਵੀ ਉਹਨੂੰ ਸੁਧਾਰ ਦਿੰਦੀਆਂ ਸੀ। ਬਿਲਕੁਲ, ਇਹ ਮੈਂ ਲਾਸਟ ਵਿੱਚ ਇਹੀ ਗੱਲ ਕਰੂੰਗਾ ਕਿ 6ਵੀਂ ਤੱਕ ਤਾਂ ਫੱਟੀ ਲੱਗੀ ਪ੍ਰਾਇਮਰੀ ਸਕੂਲ ਚ, ਉਦੋਂ ਬਾਅਦ 7ਵੀਂ ਤੋਂ ਬਾਅਦ ਭੀਮ ਗਿਆ ਨੀ ਸਕੂਲੇ, ਕਿਉਂ ਨੀ ਗਿਆ? ਪਹਿਲਾਂ ਤਾਂ ਫੱਟੀਆਂ ਨਾਲ ਕੁੱਟਿਆ, ਠੀਕ ਹੈ ਨੀ, ਫਿਰ ਮੈਂ ਕਿਉਂ ਨੀ ਗਿਆ ਮਾਸਟਰ ਕਹਿੰਦੇ ਕਿਉਂ ਨੀ ਹੁੰਦਾ, ਮੈਂ ਕੀ ਕਰੀ ਆ ਕੇ ਸਾਡੇ ਬਾਪੂ ਨੂੰ ਲੁੱਟਿਆ ਜਾਂਦਾ ਤੇ ਮੈਨੂੰ ਕੁੱਟਿਆ ਜਾਂਦਾ, ਮੈਂ ਤੇ ਅੱਗੇ ਕਰਾਂਗੀ, ਮੈਂ ਸਕੂਲ ਹੀ ਕਰਦਾ। ਮਤਲਬ ਭੀਮ ਜੀ ਨੇ ਫਿਰ ਸਕੂਲ ਨੂੰ ਹੀ ਜਿਹੜਾ ਓਕੇ ਬਾਏ ਬਾਏ ਕਰਤੀ। ਬੀ ਏ ਪੜ੍ਹ ਕੇ 10 ਪੜ੍ਹ ਕੇ ਮੈਂ ਕਿਹੜਾ ਟੀਚਰ ਲੱਗ ਜਾਊ, ਉੱਥੇ ਕਰਨ ਦਾ ਆਈ ਕੰਮ, ਅੱਜ ਵੀ ਗੱਲਾਂ ਕਰੀ ਜਾਂਦੇ ਰੇਡੀਓ ਤੇ, ਉਦੋਂ ਰੇਡੀਓ ਸੁਣਨੇ ਜਾਂ ਰੇਡੀਓ ਤੇ ਗੱਲਾਂ ਕਰੀ ਜਾਂਦੇ। ਬਿਲਕੁਲ ਜੀ ਬਿਲਕੁਲ। ਸੋ ਭੀਮ ਜੀ ਬਹੁਤ ਵਧੀਆ ਲੱਗਿਆ, ਤੁਸੀਂ ਤੇ ਆਪਣੀਆਂ ਹੱਡ ਬੀਤੀਆਂ ਜਿਹੜੀਆਂ ਕਹਾਣੀਆਂ ਇਸ ਮੰਚ ਤੇ ਤਰੋ ਤਾਜ਼ਾ ਕੀਤੀਆਂ ਨੇ, ਤੇ ਦੇਖੋ ਫੱਟੀ ਦੀਆਂ ਕਹਾਣੀਆਂ ਕਦੇ ਨੀ ਭੁੱਲਣੀਆਂ, ਤੇ ਕਲਮਾ ਅਧਿਆਪਕ ਜਿਹੜੀਆਂ ਤਿੱਖੀਆਂ ਕਰਦੇ ਸੀ ਤੇ ਫੱਟੀਆਂ ਮੈਨੂੰ ਲੱਗਦਾ ਵੀ ਬੱਚਿਆਂ ਨੂੰ ਤਿੱਖਾ ਕਰਦੀਆਂ ਸੀ। ਬਿਲਕੁਲ ਕਰਦੀਆਂ ਸੀ, ਬਾਕੀ ਇੱਕ ਗੱਲ ਮੈਂ ਜ਼ਰੂਰ, ਮੇਰੇ ਤੋਂ ਕਈ ਬਣਾ ਰਿਹਾ ਨੀ ਜਾਂਦਾ, ਮੈਂ ਮਾਫੀ ਚਾਹੁੰਦਾ ਵੀ ਫੱਟੀ ਪੋਚਣ ਦੀ ਬਜਾਏ ਨਾ ਫੱਟੀਆਂ ਨਾ ਪੋਚੋ, ਜੇ ਉਹ ਕਰਨਾ ਤਾਂ ਕੰਮ, ਮੈਂ ਉੱਥੇ ਖੜੀ ਹੈ ਕਹਾਣੀ, ਮੈਂ ਰੋਜ਼ ਦੇਖਦਾ ਕਮਿੰਟ ਉਹੀ 4-5 ਹੁੰਦੇ ਆ, ਕਮ ਸੇ ਕੰਮ ਜਿੰਨੇ ਕਦੀ ਕਾਲਰ ਆਉਣੇ ਆ ਉਨੇ ਤਾਂ ਕਰਦਿਆ ਕਰੋ ਯਾਰ। ਬਿਲਕੁਲ ਜੀ, ਭੀਮ ਜੀ ਕਹਿ ਰਹੇ ਤੁਹਾਡੀ ਗੱਲ ਦੇ ਨਾਲ ਮੈਂ ਵੀ ਸਹਿਮਤ ਹਾਂ। ਤੁਸੀਂ ਇੱਕ ਕੰਮ ਕਰੋ, ਹਫ਼ਤੇ ਚ ਇੱਕ ਕੰਮ ਕਰੋ, ਹਫ਼ਤੇ ਚ ਨੀ 15 ਦਿਨਾਂ ਚ ਇੱਕ ਕੰਮ ਪੱਲੇ ਬੰਨ ਲਓ, ਇਹ ਹਾਜ਼ਰੀ ਉਹਦੀ ਲਾਉਣੀ ਹੈ ਜਿਹਦਾ ਕਮਿੰਟ ਆਇਆ, 15 ਦਿਨ ਚ ਕਰ ਦੋ। ਬਿਲਕੁਲ ਬਿਲਕੁਲ ਜੀ ਬਿਲਕੁਲ। ਸੋ ਭੀਮ ਜੀ ਤੁਹਾਡਾ ਸੁਨੇਹਾ ਪਹੁੰਚ ਗਿਆ, ਤੇ ਬਿਲਕੁਲ ਜੀ ਸਾਡੇ ਬਹੁਤ ਸਾਰੇ ਸਰੋਤੇ ਨੇ ਜਿਹੜੇ ਵਾਕਈ ਪ੍ਰੋਗਰਾਮ ਦਾ ਲਿੰਕ ਪਹੁੰਚਦਾ ਕਮੈਂਟ ਕਰਦੇ ਨੇ, ਤੇ ਸੋਚਦੇ ਨੇ ਕਿ ਬਾਅਦ ਦੇ ਵਿੱਚ ਕਰਾਂਗੇ, ਉਹਨਾਂ ਨੂੰ ਰਿਕੁਐਸਟ ਹੈ ਕਿ ਜਦੋਂ ਦੇਖ ਲੈਂਦੇ ਹੋ ਤੇ ਕਰ ਲਿਆ ਕਰੋ ਨਾਲ ਜੇ ਵਾਕਈ, ਕਿਉਂਕਿ ਅੱਜ ਮੈਂ ਤਾਂ ਕਿਹਾ ਅੱਜ ਮੈਂ, ਕਿਉਂਕਿ ਅੱਜ ਫੱਟੀ ਦੀ ਗੱਲ ਹੋ ਗਈ, ਅੱਜ ਫੱਟੀ ਪਹੁੰਚੀ ਗਈ, ਇਹਨੂੰ ਲਿਖ ਦਿਓ ਚੰਗੀ ਤਰ੍ਹਾਂ। ਨਹੀਂ ਨਹੀਂ ਭੀਮ ਜੀ, ਖੈਰ ਆਪਾਂ ਫੱਟੀ ਨੀ ਪੋਚਣੀ, ਆਪਾਂ ਫੱਟੀਆਂ ਨਾਲ ਨਹੀਂ ਫੱਟੀ ਤਾਂ ਸਕੂਲ ਨੀ ਪੁੱਛੇ ਨਾ ਜੀ। ਹਾਂ ਬਿਲਕੁਲ, ਸ਼ੁਕਰੀਆ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ। ਚਲਦੇ ਆ ਜੀ ਸੁਰਜੀਤ ਜੀ ਵੱਲ ਤੇ ਦੇਖਦੇ ਆ ਸੁਰਜੀਤ ਸਿੰਘ ਔਲਖ ਜੀ, ਪੱਟੀ ਦੇ ਨਾਲ, ਦਵਾਤ ਦੇ ਨਾਲ, ਕਾਨੀ ਦੇ ਨਾਲ ਜੁੜੀਆਂ ਕਿਹੜੀਆਂ ਗੱਲਾਂ ਯਾਦ ਕਰ ਰਹੇ ਨੇ? ਵੈਸੇ ਕਾਨੀ ਦੇ ਨਾਲ ਜੁੜੀ ਨਾ ਇੱਕ ਗੱਲ ਮੇਰੇ ਵੀ ਜ਼ਹਿਨ ਦੇ ਵਿੱਚ ਆ ਰਹੀ ਹੈ, ਮੈਂ ਜ਼ਰੂਰ ਕਰੂੰਗੀ ਸਾਂਝੀ, ਪਰ ਪਹਿਲਾਂ ਸੁਣਦੇ ਹੋ ਸੁਰਜੀਤ ਜੀ ਦੀ ਗੱਲ, ਤੇ ਦੇਖਦੇ ਆ ਜੀ ਕਿਹੜੇ ਸਕੂਲ ਦੇ ਵਿੱਚ ਸਾਨੂੰ ਲੈ ਕੇ ਚੱਲੇ ਨੇ। ਸੋ ਸਵਾਗਤ ਸੁਰਜੀਤ ਜੀ ਪ੍ਰੋਗਰਾਮ। ਹੈਲੋ, ਹਾਂਜੀ ਸੁਰਜੀਤ ਸਿੰਘ ਔਲਖ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ। ਹੈਲੋ ਹੈਲੋ, ਹਾਂਜੀ ਸੁਰਜੀਤ ਜੀ, ਕਿੱਦਾਂ ਜਵਾਬ ਸੀਗੇ? ਹੈਲੋ ਹੈਲੋ, ਹਾਂਜੀ ਬਹੁਤ ਬਹੁਤ ਸਵਾਗਤ ਸੁਰਜੀਤ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ, ਆਵਾਜ਼ ਬਹੁਤ ਘੱਟ ਆ ਰਹੀ ਆ ਜੀ ਤੁਹਾਡੇ ਵੱਲੋਂ। ਮੇਰੇ ਕੋਲੇ ਤੇ ਤੁਹਾਡੀ ਸਹੀ ਆ ਰਹੀ ਆ, ਤੁਸੀਂ ਹੈਡਫੋਨ ਲਗਾਏ ਹੋਏ ਨੇ? ਹਾਂਜੀ, ਚਲੋ ਸਮਝ ਤਾਂ ਘੱਟ ਆ ਰਹੀ ਆ, ਇਸ ਤਰ੍ਹਾਂ ਹੀ ਗੱਲ ਕਰ ਲੈਂਦੇ ਹਾਂ ਜੀ। ਜੀ
दोबारा तो कॉल करो फिर मेन लगता भी थोड़ी आवाज मेरे को दुरुस्त आ जाएगी। चलो मैं इधरों गल सुना देना जी तुहानू कलम दवात मतलब जेड़ा फट्टी विशा रखा बहुत खूबसूरत है जी तुहाडा है। शुक्रिया। असि जदों पढ़ते हुंदे सी भैन जी साडे ना रामियाना पिंड दे विच पहली दूजी क्लास दे विच एक विद्यार्थी हुंदा सीगा जी बलजीत सिंह ते ओनू इन्नी महारत हासिल सी कलम कढ के देण दी कि असि सारे विद्यार्थी ओहदे कोलों कलम कढवाउंदे हुंदे सीगे जी। हां जी ते ओ बहुत वधिया कलम कढ़दे सीगे उन्हां दे कोल इक चाकू भी हुंदा सी ओ अपने जेब दे विच चाकू रखदे सी हर समय क्लास दे विच ते जेहड़े विद्यार्थी ने उन्हूं कहना ओ जवाब नहीं दिंदे सीगे जी ओदों ही कलम कढ़ के दे दिंदे सी ते फिर बहुत वधिया मतलब उस कलम दे नाल लिखाई हुंदी सीगी जी। ते एक भैन मैं तुहानू दस दिना मेरे नानके ने पंज ग्राही कलां जिला फरीदकोट उथों दे मैडम आए जी बदल के चेंज हो के पहले मैडम चले गए ओह नवे आए जी पहले दिन। अच्छा। ते ओह भैन जी बच्चियां नू ओहदी बोली थोड़ी जी होर हिसाब नाल बोलदे सी पर विच हिंदी जी जिवें बोलदे आ ना कई मैडम इस तरह बोली दा फर्क हुंदा इलाकियां दी दा ओह फट्टी नू धोलो कहिंदे सी फट्टी धोलो। अच्छा। आपां तां भैन जी कहिंदे आ ना फट्टी पोच लो ते ओह कहिंदे सीगे फट्टी धोलो। ओह पहले दिन क्लास दे विच आए मैडम ते आके सारे बच्चियां नू कहिंदे फट्टियां धोलो फट्टियां धोलो ओह किसे बच्चे नू पता ना लगे धोलो कास नू कहिंदे आ। ਹਾਂਜੀ ਓਹਦੀ ਸਮਝ ਨਾ ਆਵੇ ਨਾਲ ਮੈਡਮ ਬੈਠੇ ਸੀ ਹੋਰ ਉਹਨਾਂ ਨੂੰ ਪਤਾ ਸੀਗਾ ਵੀ ਇਹ ਫੱਟੀਆਂ ਪੋਚ ਲੋ ਕਹਿੰਦੇ ਆ ਮੈਡਮ ਧੋਲੋ ਕਹੀ ਜਾਂਦੇ ਆ ਵੀ ਬੱਚਿਆਂ ਨੂੰ ਸਮਝ ਨੀ ਆ ਰਹੀ ਉਹ ਸਾਨੂੰ ਸਾਰਿਆਂ ਨੂੰ ਕਹਿੰਦੇ ਫੱਟੀਆਂ ਪੋਚ ਲਿਆ ਉਹ ਖਾਲਾ ਵਗਦਾ ਹੁੰਦਾ ਜੀ ਰਾਮਿਆਂ ਨੇ ਦੇ ਸਕੂਲ ਦੇ ਵਿਚ ਵੀ ਅੱਜ ਵੀ ਖਾਲਾ ਵਗਦਾ ਜੀ ਉਹ ਅੱਛਾ ਪੱਕਾ ਖਾਲਾ ਵਗਦਾ ਮੋਗੇ ਦੇ ਪਾਣੀ ਲੰਘਦਾ ਖੇਤਾਂ ਨੂੰ ਉਹ ਖਾਲੇ ਤੇ ਬੈਠ ਕੇ ਅਸੀਂ ਫੱਟੀਆਂ ਪੋਚਦੇ ਹੁੰਦੇ ਸੀ ਜਦੋਂ ਮੈਡਮ ਨੇ ਕਹਿਤਾ ਅਸੀਂ ਉਦੋਂ ਜਲਦੀ ਨਾਲ ਉੱਠੇ ਸਾਰੇ ਵਿਦਿਆਰਥੀ ਆਪੋ ਆਪਣੀਆਂ ਫੱਟੀਆਂ ਚੱਕੀਆਂ ਤੇ ਫੱਟੀਆਂ ਪੋਚ ਲਿਆਏ ਜੇਕਰ ਦੂਜੇ ਮੈਡਮ ਸਾਨੂੰ ਨਾ ਦੱਸਦੇ ਸਾਨੂੰ ਸਮਝ ਨੀ ਆ ਰਹੀ ਸੀਗੀ ਜੀ ਉਹ ਫੱਟੀਆਂ ਧੋਲੋ ਕਾਸ ਨੂੰ ਕਹੀ ਜਾਂਦੇ ਆ। ਬਿਲਕੁਲ ਸੁਜੀ ਜੀ ਦੇਖੋ ਕਈ ਵਾਰ ਅਜਿਹੀਆਂ ਕਹਾਣੀਆਂ ਵੀ ਹੋ ਜਾਂਦੀਆਂ ਨੇ ਕਿਉਂਕਿ ਫੱਟੀ ਨੂੰ ਅਸੀਂ ਹਮੇਸ਼ਾ ਪੋਚਦੇ ਹਾਂ ਧੋਂਦੇ ਨਹੀਂ ਆ ਪਰ ਹਾਂ ਬੱਚਿਆਂ ਦੇ ਲਈ ਇੱਕ ਨਵਾਂ ਸ਼ਬਦ ਸੀ ਸੋ ਬਹੁਤ ਵਧੀਆ ਲੱਗਿਆ ਬਹੁਤ ਸੋਹਣੀਆਂ ਗੱਲਾਂ ਦੀ ਸਾਂਝ ਤੁਸੀਂ ਇਸ ਮੰਚ ਤੇ ਪਾਈ। ਹਾਂ ਤੁਹਾਡੀ ਆਵਾਜ਼ ਥੋੜੀ ਜੀ ਕਲੀਅਰ ਨਹੀਂ ਆ ਰਹੀ ਹੈ ਪਰ ਫਿਰ ਵੀ ਤੁਹਾਡੀ ਗੱਲ ਜਿਹੜੀ ਸਾਨੂੰ ਜ਼ਰੂਰ ਸਮਝ ਆਈ ਹੈ। ਹਾਂਜੀ ਮੈਂ ਇਧਰੋਂ ਗੱਲ ਕਰ ਰਿਹਾ ਜੀ ਤੁਹਾਡੀ ਇਧਰੋਂ ਸਮਝ ਆਉਂਦੀ ਸੀ ਚਲੋ ਕੋਈ ਗੱਲ ਨਹੀਂ ਜੀ ਤੇ ਥੈਂਕ ਯੂ ਭੈਣ ਜੀ। जी बहुत बहुत शुक्रिया प्रोग्राम दे नाल जुड़न दे लई सरजीत जी ते प्रोग्राम दा हिस्सा तुसी बने ते इस वेले आपां थोड़े जे सुनेहे ते उस तों बाद मेजर मान साडे नाल जुड़े ने जिन्हां दे नाल आपां सांझ पावांगे जी फट्टी दबात कलम दी ते क्योंकि ए साडे स्कूल दीआं ओ यादां ने जिहड़ियां हमेशा साडे ज़हन दे विच रहणगीआं क्योंकि फट्टी नूं पोचणा अपने आप दे विच इक कला हुंदी सी और फट्टी नूं गाजनी दे नाल इस तरीके दे नाल पोचदे सी वी थल्लो लक्कड़ जिहड़ी आ ना ਉਹ ਬਿਲਕੁਲ ਵੀ ਦਿਖਾਈ ਨਾ ਦੇਵੇ ਤੇ ਜੇ ਲੱਕੜ ਦਿਖਾਈ ਦਿੰਦੀ ਸੀ ਨਾ ਤੇ ਫਿਰ ਮਨ ਨੂੰ ਜਿਹੜਾ ਉਹ ਕਹਿੰਦੇ ਨਾ ਸ਼ਾਂਤੀ ਨਹੀਂ ਆਉਂਦੀ ਸੀ ਲੱਗਦਾ ਹੁੰਦਾ ਸੀਗਾ ਵੀ ਸਾਡੀ ਫੱਟੀ ਜਿਹੜੀ ਹੈ ਸੋਹਣੀ ਤਾਂ ਪੁੱਛੀ ਨਹੀਂ ਹੈ ਤੇ ਫਿਰ ਜਦੋਂ ਲਿਖਣਾ ਹੁੰਦਾ ਸੀ ਤੇ ਉਸ ਵੇਲੇ ਵੀ ਕਾਨੀ ਦੀ ਜਿਹੜੀ ਨਿਬ ਹੁੰਦੀ ਆ ਨਾ ਹੁੰਦਾ ਸੀ ਤਿੱਖੀ ਜੀ ਹੋਵੇ ਸੋਹਣੀ ਜੀ ਹੋਵੇ ਤੇ ਅੱਖਰ ਵੀ ਬੜੇ ਸੋਹਣੇ ਲਿਖੇ ਜਾਣ ਤੇ ਉਹ ਆਪਣੇ ਆਪ ਦੇ ਵਿੱਚ ਹੀ ਖਾਸ ਗੱਲਾਂ ਤੇ ਲਓ ਜੀ ਆਪਾਂ ਥੋੜੇ ਜਿਹੇ ਸੁਨੇਹੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰੀਏ ਸੋ ਲਓ ਜੀ ਨੰਨੇ ਮੁੰਨੇ ਪ੍ਰਿੰਸ ਜਿਨ੍ਹਾਂ ਦੀ ਫੋਟੋ ਸਾਡੇ ਕੋਲ ਪਹੁੰਚੀ ਉਹਨਾਂ ਦਾ ਨਾਮ ਵੀ ਆ ਗਿਆ ਹਰਸ਼ਵੀਰ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ ਤੇ ਕਮਲਜੀਤ ਜੀ ਜਿਹੜੇ ਇਟਲੀ ਤੋਂ ਸਾਡੇ ਸਰੋਤੇ ਨੇ ਉਨ੍ਹਾਂ ਦੇ ਇਹ ਪਿਆਰੇ ਜੀ ਨੰਨੇ ਮੁੰਨੇ ਪੋਤੇ ਨੇ ਸੋ ਬਹੁਤ ਬਹੁਤ ਮੁਬਾਰਕਾਂ ਹਰਸ਼ਵੀਰ ਜਨਮ ਦਿਨ ਦੀਆਂ ਤੁਹਾਨੂੰ ਤੇ ਨਾਲ ਨਾਲ ਹਰਜਿੰਦਰ ਛਿੰਦਾ ਜੀ ਪ੍ਰੋਗਰਾਮ ਦੇ ਨਾਲ ਬਹੁਤ ਸਾਰੇ ਮੈਸੇਜਸ ਦੇ ਜ਼ਰੀਏ ਜੁੜੇ ਹੋਏ ਨੇ ਲਓ ਜੀ ਇਨ੍ਹਾਂ ਨੇ ਤੇ ਸਕੂਲ ਦੀ ਪੁਰਾਣੀ ਤਸਵੀਰ ਜਿਹੜੀ ਹੈ ਨਾ ਬਲੈਕ ਐਂਡ ਵਾਈਟ ਕੱਢ ਕੇ ਸਾਡੇ ਨਾਲ ਸਾਂਝੀ ਕੀਤੀ ਹੈ ਬੜਾ ਵਧੀਆ ਲੱਗਿਆ ਹਰਜਿੰਦਰ ਜੀ ਪੱਤੀ ਸੁਖੋ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਜੇਕਰ ਕਹਿੰਦੇ ਤੁਹਾਡੇ ਕੀਤੇ ਹੋਏ ਚੰਗੇ ਕੰਮਾਂ ਨੂੰ ਕੋਈ ਨਜ਼ਰਅੰਦਾਜ਼ ਕਰਦਾ ਹੈ ਤਾਂ ਕਦੇ ਵੀ ਦੁਖੀ ਨਾ ਹੋਵੋ ਕਿਉਂਕਿ ਜਦੋਂ ਸੂਰਜ ਨਿਕਲਦਾ ਤਾਂ ਬਹੁਤ ਲੋਕ ਸੁੱਤੇ ਹੁੰਦੇ ਨੇ। ਵਾਹ ਕਿਆ ਬਾਤ ਹੈ ਬਹੁਤ ਸੋਹਣਾ ਵਿਚਾਰ
ਤੇ ਤਸਵੀਰ ਤੁਹਾਡੇ ਸਹਿਪਾਠੀਆਂ ਦੀ ਬਹੁਤ ਵਧੀਆ ਲੱਗੀ। ਜਸਵਿੰਦਰ ਜੀ ਵਿਨੀਪੈਗ ਤੋਂ ਪ੍ਰੋਗਰਾਮ ਦੇ ਨਾਲ ਜੁੜੇ ਨੇ, ਸੁਰਜੀਤ ਜੀ ਨੂੰ ਕਹਿੰਦੇ 100 ਦੇ ਵਿੱਚੋਂ 100 ਨੰਬਰ ਦੇ ਰਹੇ ਹਾਂ। ਸੁਰਜੀਤ ਜੀ ਨੇ ਬਹੁਤ ਸੋਹਣੀ ਗੱਲ ਸੁਣਾਈ, ਸੋ ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ। ਸੋ ਤੁਹਾਡੇ ਨਾਲ ਵੀ ਪਾਉਂਦੇ ਹਾਂ ਅਸੀਂ ਛੇਤੀ ਹੀ ਵਿਚਾਰਾਂ ਦੀ ਸਾਂਝ। ਲਓ ਜੀ ਅੱਜ ਬੜੇ ਦਿਨਾਂ ਬਾਅਦ ਸਾਡੇ ਨਾਲ ਇੱਕ ਨਵੇਂ ਸਰੋਤੇ, ਕਿਉਂਕਿ ਪਹਿਲਾਂ ਹਮੇਸ਼ਾ ਸਾਡੇ ਨਾਲ ਜੁੜਦੇ ਸੀ, ਪਰ ਅੱਜ ਕਾਫੀ ਦਿਨਾਂ ਬਾਅਦ ਇਹਨਾਂ ਦਾ ਸੁਨੇਹਾ ਜਿਹੜਾ ਸਾਡੇ ਕੋਲ ਪਹੁੰਚਿਆ। ਸੋ ਇਹ ਨੇ ਜਗਜੀਤ ਜੀ ਅੰਮ੍ਰਿਤਸਰੀਆ ਕਤਰ ਤੋਂ, ਤੇ ਦੇਖੋ ਅੱਜ ਮੈਂ ਤੁਹਾਡੇ ਨਾਮ ਦੇ ਵਿੱਚ ਨਾ ਕਨਫਿਊਜ਼ਨ ਵੀ ਨਹੀਂ ਹੋਈ ਹੈ। ਜਗਜੀਤ ਜੀ ਅੰਮ੍ਰਿਤਸਰੀਆ ਕਤਰ ਤੋਂ, ਤੇ ਜਗਜੀਤ ਜੀ ਜਿਹੜੇ ਅੱਜ ਸਾਰੇ ਸਰੋਤੇ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸੁਪਰ ਡੁਪਰ ਪ੍ਰੋਗਰਾਮ ਕਹਿ ਰਹੇ ਬੀਤੇ ਗੋਲਡਨ ਟਾਈਮ ਦੇ ਵਿੱਚ ਲੈ ਕੇ ਜਾਣ ਦੇ ਲਈ ਗਗਨ ਜੀ ਧੰਨਵਾਦ। ਬਹੁਤ ਹੀ ਸੋਹਣੇ ਸੋਹਣੇ ਜਿਹੜੇ ਨਾ ਤੁਸੀਂ ਸਾਨੂੰ ਸਮਾਈਲੀ ਸਿੰਬਲਸ ਭੇਜ ਰਹੇ ਹੋ, ਤਾਂ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਵਾਕਈ ਸਕੂਲ ਦੇ ਵਿੱਚ ਪਹੁੰਚ ਗਏ ਹੋ। ਹੁਣ ਇਹ ਦੱਸਿਓ ਵੀ ਸਕੂਲ ਦੇ ਵਿੱਚ ਤੁਹਾਡੀ ਸਪੀਡ 2G ਸੀ, 3G ਸੀ, 5G ਸੀ, ਕਿਹੜੀ ਸੀ ਤੇ ਕਿਹੜੇ ਸਟੂਡੈਂਟ ਦੇ ਵਿੱਚ ਆਉਂਦੇ ਸੀ? ਤੇ ਲਓ ਜੀ ਫਿਰ ਨਾਲ ਨਾਲ ਜਸੀ ਚਾਹਲ ਜੀ ਜਿਹੜੇ ਉਹ ਵੀ ਬਿਲਕੁਲ ਸਾਡੇ ਨਾਲ ਸਾਂਝੇ ਜ਼ਰੂਰ ਬਣਾਉਣਗੇ। ਮਨਪ੍ਰੀਤ ਕੌਰ ਜੀ ਪਿੰਡ ਵਾਂਦਰ ਤੋਂ ਕਹਿੰਦੇ ਮੇਰੇ ਵੱਲੋਂ ਵੀ ਹਰਸ਼ਵੀਰ ਨੂੰ ਬਹੁਤ ਬਹੁਤ ਮੁਬਾਰਕਾਂ। ਰਾਮਜੀਤ ਖਗੂੜਾ ਜੀ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਜਿਹੜੀਆਂ ਨੇ ਪਹੁੰਚ ਗਈਆਂ ਨੇ। ਹੈਪੀ ਜੀ ਬੈਲਜੀਅਮ ਵੱਲੋਂ ਵੀ, ਔਰ ਨਾਲ ਨਾਲ ਤਾਰਾ ਚੰਦ ਜੀ ਰਾਏਪੁਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਜੀ। ਤਾਰਾ ਚੰਦ ਕਟਾਰੀਆ, ਸਰਵੀਨ ਕਟਾਰੀਆ ਇਹਨਾਂ ਦੀ ਪੋਤੀ, ਨਿਬਤ ਮਹਿਰਾ ਇਹਨਾਂ ਦਾ ਦੋਤਾ, ਨਿਤਿਸ਼ ਮਹਿਰਾ ਵੀ ਇਨ੍ਹਾਂ ਦਾ ਦੋਤਾ ਹੈ ਜੀ, ਹਰ ਰਾਏਪੁਰ ਤੋਂ ਸਾਡੇ ਨਾਲ ਇਸ ਮੰਚ ਤੇ ਇਹ ਜੁੜੇ ਹੋਏ ਨੇ। ਮਲਕੀਤ ਸਿੰਘ ਜੀ ਤੇ ਮਨਜੀਤ ਕੌਰ ਜੀ ਵੀ ਸਾਡੇ ਨਾਲ ਨੇ। ਮਲਕੀਤ ਜੀ ਘੜਿਆਣਾ ਤੋਂ ਤੇ ਮਨਜੀਤ ਕੌਰ ਜੀ ਬਠਿੰਡਾ ਤੋਂ ਪ੍ਰੋਗਰਾਮ ਦੇ ਨਾਲ ਸਾਂਝ। ਤੇ ਸੁਰਜੀਤ ਸਿੰਘ ਔਲਖ ਜੀ ਜਿਹੜੇ ਇਨ੍ਹਾਂ ਦੇ ਵੱਲੋਂ ਇੱਕ ਬਹੁਤ ਸੋਹਣਾ ਸੁਨੇਹਾ ਲਿਖ ਕੇ ਵੀ ਸਾਂਝਾ ਕੀਤਾ ਗਿਆ, ਕਹਿੰਦੇ ਆ ਬਹੁਤ ਹੀ ਵਧੀਆ ਵਿਸ਼ਾ ਗਗਨਦੀਪ ਭੈਣ ਜੀ, ਫੱਟੀ ਦਵਾਤ ਤੇ ਕਲਮ ਸਕੂਲ ਦਾ ਬਚਪਨ ਚੇਤੇ ਕਰਾਉਣ ਦੇ ਲਈ ਧੰਨਵਾਦ। ਪਹਿਲਾਂ ਸਕੂਲ ਦੀ ਪੜ੍ਹਾਈ ਹੀ ਦਵਾਤ ਦੇ ਵਿੱਚੋਂ ਸਿਆਹੀ ਦੇ ਟੋਬੇ ਲੈ ਕੇ ਸਰਕੰਡੇ ਸਰਕੜੇ ਦੇ ਬਲੇਡ ਜਾਂ ਫਿਰ ਚਾਕੂ ਦੇ ਨਾਲ ਘੜੀ ਕਲਮ ਦੇ ਨਾਲ ਲਿਖੀ ਜਾਂਦੀ ਸੀ। ਲੱਕੜ ਦੀ ਫੱਟੀ ਹੁੰਦੀ ਸੀ, ਲੱਕੜ ਦੀ ਫੱਟੀ ਤੋਂ ਹੁੰਦੀ ਸੀ ਇਹ ਫੱਟੀ ਜਾਂ ਸਲੇਟ। ਪਹਿਲੀ ਜਮਾਤ ਤੋਂ ਪੰਜਵੀਂ ਤੱਕ ਚੱਲਦੀ ਸੀ, ਅਸੀਂ ਵੀ ਫੱਟੀ ਸਲੇਟ ਤੇ ਸੋਹਣਾ ਲਿਖਦੇ ਸੀ ਔਰ ਇਨ੍ਹਾਂ ਮੁਕਾਬਲਿਆਂ ਦੇ ਵਿੱਚ ਭਾਗ ਲੈਂਦੇ ਸੀ। ਸੋ ਬਿਲਕੁਲ ਗੱਲ ਤੁਹਾਡੀ ਸਹੀ ਹੈ, ਸੁੰਦਰ ਲਿਖਾਈ, ਸੋਹਣੀ ਲਿਖਾਈ ਦੇ ਬੜੇ ਮੁਕਾਬਲੇ ਹੁੰਦੇ ਸੀ। ਤੇ ਲਓ ਜੀ ਅੱਜ ਸਾਡੇ ਨਾਲ ਇਟਲੀ ਤੋਂ ਜੁੜੇ ਹੋਏ ਨੇ ਗੁਰਜੀਤ ਜੀ ਤੇ ਸ਼ਰਨਜੀਤ ਕੌਰ ਜੀ। ਸੋ ਅੱਜ ਕਾਫੀ ਦਿਨਾਂ ਬਾਅਦ ਤੁਹਾਡੇ ਵੀ ਸਾਨੂੰ ਜਿਹੜੇ ਸੁਨੇਹੇ, ਸਤਿ ਸ੍ਰੀ ਅਕਾਲ ਰੇਡੀਓ ਚੰਨ ਪਰਦੇਸੀ ਦੇ ਸਾਰੇ ਸਰੋਤਿਆਂ ਨੂੰ। ਸੋ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਗੁਰਜੀਤ ਜੀ ਤੇ ਸ਼ਰਨਜੀਤ ਜੀ, ਬੜਾ ਵਧੀਆ ਲੱਗਿਆ ਕਿ ਤੁਸੀਂ ਵੀ ਅੱਜ ਸਾਡੇ ਨਾਲ ਇਸ ਮੰਚ ਤੇ ਚੱਲ ਰਹੇ ਹੋ। ਤੇ ਨਾਲ ਨਾਲ ਸਾਡੇ ਇੱਕ ਹੋਰ ਸਰੋਤੇ ਜੀ ਇਹ ਵੀ ਬਿਲਕੁਲ ਇਟਲੀ ਤੋਂ ਨੇ, ਬਲਵਿੰਦਰ ਸਿੰਘ ਜੀ ਪਿੰਡਾ। ਸੋ ਇਹ ਵੀ ਇਟਲੀ ਤੋਂ ਸਾਡੇ ਨਾਲ ਇਸ ਮੰਚ ਤੇ, ਸੋ ਤੁਹਾਡਾ ਵੀ ਬਹੁਤ ਬਹੁਤ ਸਵਾਗਤ। ਜਸਪਾਲ ਸਿੰਘ ਜੀ ਬੇਬੇ ਨਾਨਕੀ ਮਾਰਕੀਟ ਤੋਂ ਸਾਡੇ ਨਾਲ ਨੇ। ਜਸਪਾਲ ਸਿੰਘ ਨੱਡਾ ਜੀ ਤੁਹਾਡਾ ਵੀ ਸਵਾਗਤ ਤੇ ਸ਼ੁਕਰੀਆ ਪ੍ਰੋਗਰਾਮ ਨੂੰ ਪਸੰਦ ਕਰਨ ਦੇ ਲਈ। ਹਰਮੇਲ ਜੀ ਐਡਵੋਕੇਟ ਬਠਿੰਡਾ ਤੋਂ ਪ੍ਰੋਗਰਾਮ ਦੇ ਨਾਲ ਨੇ। ਗਗਨ ਭੈਣ ਜੀ ਸਤਿ ਸ੍ਰੀ ਅਕਾਲ। ਰਾਕੇਸ਼ ਜੀ ਸਾਡੇ ਨਾਲ ਜੁੜੇ ਆ ਜੀ ਪਰਥ ਆਸਟ੍ਰੇਲੀਆ ਤੋਂ। ਸਾਂਝੀ ਆਵਾਜ਼ ਪ੍ਰੋਗਰਾਮ ਦੇ ਵਿੱਚ ਕਹਿੰਦੇ ਜਿੰਨੇ ਸਰੋਤੇ ਚੱਲ ਰਹੇ ਨੇ ਸਾਡੇ ਨਾਲ ਉਨ੍ਹਾਂ ਦੇ ਵੱਲੋਂ ਵੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਪਿੰਡ ਭਿੰਡਰ ਕਲਾਂ ਸੰਗਰੂਰ ਤੋਂ ਸਾਡੇ ਨਾਲ ਸਰੋਤੇ ਜੁੜੇ ਜੀ, ਜਿਹੜੇ ਪ੍ਰੋਗਰਾਮ ਨੂੰ ਪਸੰਦ ਕਰ ਰਹੇ, ਰੂਪ ਸਿੰਘ, ਮਨਜੀਤ ਕੌਰ ਤੇ ਛਿੰਦਾ ਜੀ। ਸੋ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ। ਪਵਨ ਨਾਰੰਗ ਜੀ ਫਿਰੋਜ਼ਪੁਰ ਤੋਂ ਅੱਜ ਬੜੇ ਦਿਨਾਂ ਬਾਅਦ। ਪਵਨ ਨਾਰੰਗ ਜੀ ਤੁਹਾਡਾ ਵੀ ਸੁਨੇਹਾ ਜਿਹੜਾ ਸਾਨੂੰ ਦਿਖਿਆ ਬਹੁਤ ਵਧੀਆ ਲੱਗਿਆ, ਤੁਸੀਂ ਵੀ ਇਸ ਮੰਚ ਤੇ ਸਾਡੇ ਨਾਲ ਚੱਲ ਰਹੇ ਹੋ। ਸੂਰਜ ਪ੍ਰਕਾਸ਼ ਜੀ ਜਿਹੜੇ ਆ ਦੀਨਾਨਗਰ ਤੋਂ, ਤੇ ਨਾਲ ਨਾਲ ਇਨ੍ਹਾਂ ਦੇ ਨਾਲ ਰਾਮ ਰਾਮ ਜੀ ਵੀ ਪ੍ਰੋਗਰਾਮ ਨੂੰ ਸੁਣ ਰਹੇ ਨੇ। ਸੋ ਰਾਮ ਰਾਮ ਜੀ ਸਵਾਗਤ ਤੁਹਾਡਾ ਵੀ ਇਸ ਮੰਚ ਤੇ। ਇਸ ਪਰਿਵਾਰ ਦੇ ਵਿੱਚ ਅਵਤਾਰ ਸਿੰਘ ਜੀ ਉੱਤਰਾਖੰਡ ਤੋਂ ਪ੍ਰੋਗਰਾਮ ਦੇ ਨਾਲ, ਤੇ ਸਰਬਜੀਤ ਢਿੱਲੋਂ ਜੀ ਵਿਨੀਪੈਗ ਤੋਂ, ਗੁਰਪ੍ਰੀਤ ਕੈਂਟ ਜੀ ਬੁਢਲਾਡਾ ਤੋਂ, ਰਣਦੀਪ ਕੌਰ ਖੰਗੂੜਾ ਜੀ ਬਿਲਕੁਲ ਚੀਕਾਗੁੜਾ ਕੈਥਲ ਤੋਂ ਪ੍ਰੋਗਰਾਮ ਦੇ ਨਾਲ, ਇੰਦਰਜੀਤ ਜੀ ਥਾਈਲੈਂਡ ਬੈਂਕਾਕ ਤੋਂ, ਰਿੰਕੂ ਜੀ ਠੱਠੀ ਭਾਈ ਮੋਗਾ ਤੋਂ ਪ੍ਰੋਗਰਾਮ ਦੇ ਨਾਲ ਕਹਿੰਦੇ ਗਗਨ ਜੀ ਸਾਡੇ ਕੋਲ ਸੁਨੇਹਾ ਪਹੁੰਚਿਆ ਸੀ ਕਿ ਅੱਜ 5:30 ਤੋਂ 6:30 ਨਹੀਂ ਆਉਣਾ, ਪਰ ਇਹ ਕਿਸੇ ਨੇ ਨਹੀਂ ਦੱਸਿਆ ਕਿ 6:30 ਤੋਂ 7:30 ਤੁਸੀਂ ਆਉਣਾ। ਤੇ ਲੋ ਰਿੰਕੂ ਜੀ ਫਿਰ ਆਪਾਂ ਤੁਹਾਨੂੰ ਦੱਸਦਾ ਤੇ ਆਪਾਂ ਸਾਂਝ ਵੀ ਬਣਾ ਲਈ ਹੈ। ਹਰਮੀਤ ਸਿੰਘ ਜੀ ਚੂਰੂ ਡਿਸਟ੍ਰਿਕਟ ਤੋਂ ਪ੍ਰੋਗਰਾਮ ਦੇ ਨਾਲ, ਜਰਨੈਲ ਜੀ ਬੜੀ ਪਿੰਡ ਹੈ ਜੀ ਦੁਬਈ ਤੋਂ, ਇਸ ਮੰਚ ਤੇ ਸਾਡੇ ਨਾਲ ਨੇ। ਤੇ ਇਨ੍ਹਾਂ ਨਾਲ ਜਗਜੀਤ ਜੀ ਕਹਿ ਰਹੇ ਧੰਨਵਾਦ ਗਗਨ ਜੀ। ਖੈਰ ਜਗਜੀਤ ਜੀ ਕੋਈ ਗੱਲ ਨਹੀਂ, ਧੰਨਵਾਦ ਵਾਲੀ ਤੇ, ਪਰ ਸਾਨੂੰ ਬਹੁਤ ਵਧੀਆ ਲੱਗਿਆ ਕਿ ਤੁਹਾਡਾ ਅੱਜ ਸੁਨੇਹਾ ਤੇ ਤੁਸੀਂ ਸਾਡੇ ਨਾਲ ਚੱਲੇ। ਤੇ ਲਓ ਜੀ ਫਿਰ ਹੁਣ ਇਸ ਮੰਚ ਤੇ ਨਾ ਮੇਜਰ ਮਾਨ ਸਾਡੇ ਨਾਲ ਨੇ, ਉਨ੍ਹਾਂ ਦੇ ਨਾਲ ਸਾਂਝ ਬਣਾਉਣੇ। ਫਿਰ ਜਸਵਿੰਦਰ ਜੀ ਤੁਹਾਡੇ ਵੱਲ ਆ ਰਹੇ ਹਾਂ, ਤੇ ਜੱਸੀ ਚਾਹਲ ਜੀ ਤੁਹਾਡੇ ਨਾਲ ਵੀ ਸਾਂਝ ਜ਼ਰੂਰ ਬਣਾਵਾਂਗੇ। ਸੁਮੇਜਰ ਮਾਨ ਸਵਾਗਤ ਪ੍ਰੋਗਰਾਮ ਚ। ਗਗਨ ਜੀ ਸਤਿ ਸ੍ਰੀ ਅਕਾਲ, ਤੇ ਬਾਕੀ ਸਾਰੇ ਪਿਆਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੁਹਾਡਾ ਵਿਸ਼ਾ ਕਾਫੀ ਰੋਚਕ ਹੈ, ਤਕਰੀਬਨ ਹਰ ਇੱਕ ਬੰਦਾ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਹੈ। ਮੈਂ ਬਹੁਤ ਸ਼ਾਰਟ ਦੇ ਵਿੱਚ 2-4 ਗੱਲਾਂ ਕਰਾਂਗਾ। ਸਭ ਤੋਂ ਪਹਿਲਾਂ ਫੱਟੀ ਇੱਕ ਏਦਾਂ ਦਾ ਇਨੀਸ਼ਲੀ ਸਿਖਾਈ ਜਾਂਦੀ ਸੀ ਜੋ ਹੈਂਡ ਰਾਈਟਿੰਗ ਨੂੰ ਇੰਪਰੂਵ ਕਰਨ ਵਾਸਤੇ। ਸਾਡੇ ਟਾਈਮ ਤੇ ਹੁੰਦਾ ਸੀ ਕਿ ਕਲਮਾਂ ਵੀ ਦੋ ਹੁੰਦੀਆਂ ਸੀ, ਇੱਕ ਪੱਕੀ ਤੇ ਇੱਕ ਕੱਚੀ। ਕੱਚੀ ਕਲਮ ਜੋ ਸਰਕੰਡੇ ਦੀ ਹੁੰਦੀ ਸੀ,
ਜੋ ਕਿ ਟੁੱਟ ਜਾਂਦੀ ਸੀ ਤੇ ਇੱਕ ਪੱਕੀ ਅਸੀਂ ਦੁਕਾਨ ਤੋਂ ਜਾ ਕੇ ਲੈ ਕੇ ਆਉਣੀ ਉਹ ਬਾਂਸਰੀ ਟਾਈਪ ਜਿਸ ਤਰ੍ਹਾਂ ਬਾਂਸ ਟਾਈਪ ਦੀ ਉਹ ਪੱਕੀ ਕਲਮ ਹੁੰਦੀ ਸੀ ਉਹ ਬਣਾ ਕੇ ਉਹ ਜਿਆਦਾ ਦੇਰ ਚੱਲਦੀ ਸੀ ਔਰ ਇਹ ਸੋਹਣੀ ਹੈਂਡ ਰਾਈਟਿੰਗ ਬਣਾਉਣ ਵਾਸਤੇ ਇਹ ਜੋ ਪ੍ਰੋਸੈਸ ਚਲਾਇਆ ਸੀ ਉਹਦਾ ਮਤਲਬ ਇਹ ਸੀ ਉਸ ਤੋਂ ਬਾਅਦ ਜਦੋਂ ਇਹ ਹੁੰਦਾ ਸੀਗਾ ਚੌਥੀ ਪੰਜਵੀਂ ਕਲਾਸ ਤੱਕ ਪੰਜਵੀਂ ਕਲਾਸ ਤੋਂ ਬਾਅਦ ਵੀ ਸਾਨੂੰ ਪੈਨ ਯੂਜ਼ ਕਰਨ ਦੀ ਆਗਿਆ ਨਹੀਂ ਹੁੰਦੀ ਸੀ ਟੀਚਰ ਬੜੇ ਸਖਤ ਹੁੰਦੇ ਸੀ ਔਰ ਫਿਰ ਇੱਕ ਡਰੰਕ ਹੁੰਦਾ ਸੀ ਡਰੰਕ ਲੱਕੜ ਦਾ ਇੱਕ ਹੋਲਡਰ ਦੇ ਵਿੱਚ ਇੱਕ ਨਿੱਬ ਪਾ ਕੇ ਉਹਨੂੰ ਵੀ ਸਿਆਹੀ ਦੇ ਵਿੱਚੋਂ ਟੋਭਾ ਲਾ ਕੇ ਉਹਦੇ ਨਾਲ ਕਾਪੀਆਂ ਤੇ ਲਿਖਦੇ ਸੀ ਪੈਨ ਨਹੀਂ ਯੂਜ ਕਰਨ ਦਿੰਦੇ ਸੀ ਟੀਚਰ ਇਹਨਾਂ ਚੀਜ਼ਾਂ ਦਾ ਮਤਲਬ ਇਹ ਸੀ ਕਿ ਤੁਹਾਡੀ ਹੈਂਡ ਰਾਈਟਿੰਗ ਜਦੋਂ ਤੱਕ ਤੁਸੀਂ ਪੂਰੀ ਪ੍ਰੋਪਰ ਨਾ ਕਰੋ ਤੇ ਉਹਦੇ ਵਿੱਚ ਮਤਲਬ ਇਸ ਚੀਜ਼ ਨੂੰ ਇੰਪਰੂਵ ਕਰਨ ਵਾਸਤੇ ਔਰ ਫੱਟੀ ਜਦੋਂ ਪੋਚਣੀ ਉਹਦੇ ਚਾਰੇ ਪਾਸੇ ਅੰਗੂਠੇ ਨਾਲ ਉਹਨੂੰ ਸਾਫ ਕਰਕੇ ਹਾਸ਼ੀਆ ਬਣਾਉਣਾ ਬੜਾ ਮਤਲਬ ਸੋਹਣਾ ਬਣਾ ਕੇ ਫਿਰ ਕਲਾਸ ਦੇ ਵਿੱਚ ਖੜਾ ਕੀਤਾ ਜਾਂਦਾ ਸੀ ਟੀਚਰ ਵੱਲੋਂ ਕਿ ਕਿਹੜੇ ਨੇ ਸਭ ਤੋਂ ਸੋਹਣੀ ਫੱਟੀ ਲਿਖੀ ਹੈ ਤੇ ਆਪਸ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਔਰ ਬੜਾ ਗੂੜੀ ਸ਼ਾਹੀ ਫਿਰ ਸ਼ਾਹੀ ਨੂੰ ਕੀ ਜਿਸ ਤਰ੍ਹਾਂ ਉਹ ਟੇਬਲੇਟਸ ਹੁੰਦੀਆਂ ਨੇ ਅੱਜ ਕੱਲ ਦਵਾਈਆਂ ਦੀਆਂ ਉਦਾਂ ਦੀਆਂ ਟਿੱਕੀਆਂ ਆਉਂਦੀਆਂ ਸੀ ਦੁਕਾਨ ਤੋਂ ਲੈ ਕੇ ਉਹਨੂੰ ਕਾਗਜ਼ ਦੇ ਵਿੱਚ ਰੱਖ ਕੇ ਥੋੜਾ ਪੱਥਰ ਨਾਲ ਕੁੱਟ ਕੇ ਫਿਰ ਉਹਨੂੰ ਦਵਾਤ ਇੱਕ ਲੋਹੇ ਦੀ ਛੋਟੀ ਦਵਾਤ ਹੁੰਦੀ ਸੀ ਉਹਦੇ ਚ ਪਾ ਕੇ ਤੇ ਫਿਰ ਉਹਦੇ ਵਿੱਚ ਕਲਮ ਪਾ ਕੇ ਹੱਥ ਦੋਨੇ ਹੱਥਾਂ ਨਾਲ ਉਹਨੂੰ ਘੁਮਾਉਣਾ ਤੇ ਉਹਨੂੰ ਤਾਂ ਕਿ ਜਿੰਨੀ ਤੁਸੀਂ ਉਹਨੂੰ ਜਿਆਦਾ ਮਿਕਸ ਕਰੋਗੇ ਓਨੀ ਤੁਹਾਡੀ ਸ਼ਾਹੀ ਦਾ ਰੰਗ ਗੂੜਾ ਹੁੰਦਾ ਸੀਗਾ ਅਗਰ ਤੁਸੀਂ ਇਸ ਤਰ੍ਹਾਂ ਹੀ ਪਾ ਕੇ ਦੇਤੀ ਤਾਂ ਉਹ ਓਨੀ ਸਫਾਈ ਨਹੀਂ ਆਉਂਦੀ ਸੀ ਪੱਤੀ ਦਾ ਪੋਚਣਾ ਸਫਾਈ ਤੇ ਜਿਹੜਾ ਸੋਹਣਾਪਣ ਦੇ ਵਿੱਚ ਇਹਦਾ ਕਾਫੀ ਰੋਲ ਸੀ ਤੇ ਉਸ ਤੋਂ ਬਾਅਦ ਫਿਰ ਸ਼ਾਹੀ ਨੂੰ ਗੂੜੀ ਬਣਾਉਣ ਵਾਸਤੇ ਪੂਰਾ ਉਹਨੂੰ ਘੋਟਣਾ ਕਲਮ ਨਾਲ ਘੋਟ ਕੇ ਉਹ ਚੀਜ਼ਾਂ ਅੱਜ ਵੀ ਸਾਨੂੰ ਬਹੁਤ ਪੁਰਾਣੇ ਟਾਈਮ ਦੀਆਂ ਯਾਦਾਂ ਦਵਾ ਰਹੇ ਨੇ ਤੇ ਫਿਰ ਜੋ ਸੈਕੰਡ ਚੀਜ਼ ਆਪਾਂ ਜੋ ਗੱਲ ਕਰ ਰਹੇ ਹਾਂ ਕਿ ਉਸ ਤੋਂ ਬਾਅਦ ਕਲਮ ਤੇ ਫੱਟੀ ਤੋਂ ਬਾਅਦ ਡਰੰਕ ਕਹਿੰਦੇ ਸੀ ਉਹਨੂੰ ਡਰੰਕ ਉਹਦਾ ਯੂਜ ਕੀਤਾ ਜਾਂਦਾ ਸੀ ਤਕਰੀਬਨ ਸੱਤਵੀਂ ਅੱਠਵੀਂ ਕਲਾਸ ਤੱਕ ਉਸ ਤੋਂ ਬਾਅਦ ਹੀ ਅਸੀਂ ਅਗਰ ਸਾਡੇ ਟੀਚਰ ਨੇ ਸਖ਼ਤ ਕਿਸੇ ਦੀ ਕਾਪੀ ਤੇ ਪੈਨ ਨਾਲ ਆਦਤ ਨਹੀਂ ਸੀ ਜਾਂ ਹੁਕਮ ਨਹੀਂ ਸੀ ਸਾਨੂੰ ਉਸ ਤੋਂ ਬਾਅਦ ਫਿਰ ਪੈਨ ਯੂਜ ਕਰਦੇ ਸੀ ਜਦੋਂ ਉਦੋਂ ਹੁੰਦੇ ਸੀ ਇੱਕ ਸੈਂਟੀਨੈਂਟਲ ਦਾ ਪੈਨ ਹੁੰਦਾ ਸੀਗਾ ਉਹਦਾ ਪਿੱਛੋਂ ਸਕਰਿਊ ਦੀ ਤਰ੍ਹਾਂ ਉਹਨੂੰ ਢਿੱਲਾ ਕਰੋ ਉਹਦੇ ਵਿੱਚ ਸ਼ਾਹੀ ਭਰੀ ਜਾਂਦੀ ਸੀ ਉਹਨੂੰ ਢਿੱਲਾ ਕਰਕੇ ਫਿਰ ਉਹਨੂੰ ਕੱਸ ਕੇ ਮਤਲਬ ਉਹ ਸਿਸਟਮ ਫਾਊਂਟੇਨ ਟਾਈਪ ਏਦਾਂ ਦੇ ਪੈਨ ਮਤਲਬ ਉਹ ਪੁਰਾਣੀਆਂ ਚੀਜ਼ਾਂ ਅੱਜ ਕੱਲ ਨਹੀਂ ਰਿਹਾ ਅੱਜ ਕੱਲ ਸਾਰੇ ਰੋਲ ਬਾਲ ਪੈਨ ਟਾਈਪ ਹੋਰ ਬਾਕੀ ਪੈਨਾਂ ਨੇ ਜਗ੍ਹਾ ਲੈ ਰਹੀ ਹੈ ਪਰ ਇਹ ਇੱਕ ਬਹੁਤ ਹੀ ਵਧੀਆ ਸਾਨੂੰ ਪੁਰਾਣੇ ਸਮੇਂ ਦੀਆਂ ਤੁਸੀਂ ਯਾਦਾਂ ਨਾਲ ਜੋੜਿਆ ਬਹੁਤ ਬਹੁਤ ਸ਼ੁਕਰੀਆ ਮੇਜਰ ਮਾਨ ਤੁਹਾਡਾ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਕਲਮਾਂ ਕੱਚੀਆਂ ਪੱਕੀਆਂ ਤੇ ਡਰੰਕ ਦੀਆਂ ਗੱਲਾਂ ਜਿਹੜੀਆਂ ਵਾਕਈ ਸਾਨੂੰ ਨਹੀਂ ਪਤਾ ਹੈ ਮੈਨੂੰ ਲੱਗਦਾ ਬਹੁਤ ਸਾਰੇ ਸਰੋਤੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੋਣਗੀਆਂ ਸੋ ਬਹੁਤ ਬਹੁਤ ਸ਼ੁਕਰੀਆ ਇਸ ਮੰਚ ਤੇ ਸਾਡੇ ਨਾਲ ਸਾਂਝ ਬਣਾਉਣ ਦੇ ਲਈ ਤੇ ਇਸ ਵੇਲੇ ਅਲੀ ਜੀ ਸਾਡੇ ਨਾਲ ਜੁੜ ਗਏ ਨੇ ਤੇ ਨਾਲ ਨਾਲ ਸਾਡੇ ਨਾਲ ਨੇ ਜੱਸੀ ਚਾਹਲ ਜੀ ਮਲੇਰਕੋਟਲਾ ਤੋਂ ਸੋ ਪਹਿਲਾਂ ਆਪਾਂ ਜੱਸੀ ਚਾਹਲ ਜੀ ਵੱਲ ਚੱਲਦੇ ਹਾਂ ਫਿਰ ਆਪਾਂ ਅਲੀ ਜੀ ਤੁਹਾਡੇ ਵੱਲ ਆਵਾਂਗੇ ਜੇਕਰ ਪ੍ਰੋਗਰਾਮ ਦੇ ਵਿੱਚ ਸਾਨੂੰ ਸਮਾਂ ਮਿਲਿਆ ਤੇ ਜ਼ਰੂਰ ਤੁਹਾਡੇ ਨਾਲ ਸਾਂਝ ਬਣਾਵਾਂਗੇ ਸੋ ਜੱਸੀ ਚਾਹਲ ਜੀ ਸਵਾਗਤ ਪ੍ਰੋਗਰਾਮ ਚ ਹਾਂਜੀ ਗਗਨ ਮੈਡਮ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਾਰੇ ਸਰੋਤਿਆਂ ਨੂੰ ਜੀ ਸਤਿ ਸ੍ਰੀ ਅਕਾਲ ਮੈਂ ਵੀ ਹਾਂਜੀ ਅੱਜ ਫੇਰ ਤੁਸੀਂ ਬਚਪਨ ਚ ਲੈ ਗਏ ਜੀ ਸਾਨੂੰ ਹੈ ਜੀ ਆਪਾਂ ਜੱਸੀ ਜੀ ਸਾਰਿਆਂ ਨੂੰ ਵੱਡੇ ਹੋਣ ਹੀ ਨਹੀਂ ਦੇਣਾ ਸਾਰੇ ਬਚਪਨ ਚ ਹੀ ਰਵਾਂਗੇ ਵਧੀਆ ਜੀ ਸਾਡੇ ਡਾਈ ਦਾ ਖਰਚਾ ਮੁੱਕ ਜੂਗਾ ਜਿਹੜਾ ਸਾਨੂੰ 15 ਦਿਨ ਹੀ ਲਾਉਣੀ ਪੈਂਦੀ ਹੈ ਵੈਸੇ ਗੱਲ ਸਹੀ ਹੈ ਨਾ ਇਹ ਸਭ ਤੋਂ ਵੱਡਾ ਝੰਝਟ ਹੈ ਮੈਨੂੰ ਲੱਗਦਾ ਤੇ ਤੁਹਾਡੀ ਗੱਲ ਸੁਣਦੀ ਸੀ ਮਾੜੀ ਜੀ ਹੂੰ ਹੂੰ ਜਿਹੜੀ ਕਰ ਰਹੇ ਸੀ ਤੁਸੀਂ ਮੇਜਰ ਮਾਨ ਨਾਲ ਤਾਂ ਉਹਨਾਂ ਦੀ ਗੱਲ ਨਹੀਂ ਸੀ ਸੁਣਦੀ ਮੈਨੂੰ ਜੀ ਬਿਲਕੁਲ ਜੱਸੀ ਜੀ ਕਿਉਂਕਿ ਆਪਣੀ ਇੱਕ ਲਾਈਨ ਜਦੋਂ ਹੋਲਡ ਹੁੰਦੀ ਹੈ ਦੂਜੀ ਲਾਈਨ ਕਨੈਕਟ ਨਹੀਂ ਹੋ ਪੈਂਦੀ ਹੈ ਪਰ ਮੇਜਰ ਮਾਨ ਨੇ ਦੱਸਿਆ ਸੀ ਕਿ ਕੱਚੀ ਕਲਮ ਤੇ ਪੱਕੀ ਕਲਮ ਹੁੰਦੀ ਸੀ ਕਹਿੰਦੇ ਕੱਚੀ ਕਲਮ ਕਾਨੇ ਦੀ ਅਸੀਂ ਘੜਦੇ ਸੀ ਪਰ ਪੱਕੀ ਕਲਮ ਬਾਂਸਰੀ ਵਰਗੀ ਹੁੰਦੀ ਸੀ ਜਿਹੜੀ ਦੁਕਾਨ ਤੋਂ ਮਿਲਦੀ ਸੀ ਇੱਕ ਉਹਨਾਂ ਨੇ ਦੱਸਿਆ ਕਿ ਡਰੰਕ ਨਾਮ ਦਾ ਕੋਈ ਪੈਨ ਹੁੰਦਾ ਸੀ ਜਿਹੜਾ ਸਿਆਹੀ ਨੂੰ ਸੋਕਦਾ ਸੀ ਜਿਹਦੇ ਨਾਲ ਅਸੀਂ ਲਿਖਦੇ ਹੁੰਦੇ ਸੀ ਕੋਈ ਨੀ ਮੈਡਮ ਉਹ ਤਾਂ ਮੈਂ ਰਿਪੀਟ ਵੀ ਸੁਣੂਗੀ ਨਾਲੇ ਉਧਰ ਕਮੈਂਟ ਵੀ ਕਰਨਾ ਭੀਮ ਜੀ ਕਹਿ ਕੇ ਗਏ ਮੈਂ ਕਰਦਨੀ ਹੁੰਦੀ ਹਾਂ ਮੇਰਾ ਨਾਲ ਜੋ ਸੁਰਿੰਦਰ ਹੈ ਉੱਥੇ ਤਾਂ ਮਨਪ੍ਰੀਤ ਨੂੰ ਪੁੱਛਣਾ ਸੀ ਵੀ ਮੈਂ ਮਤਲਬ ਸ਼ਹਿਰਨ ਕੁੜੀ ਆ ਮੈਨੂੰ ਨੀ ਪਤਾ ਵੀ ਮੇਮੇ ਤੇ ਮੇਮਣੇ ਤੇ ਲੇਲੇ ਚ ਕੀ ਫਰਕ ਹੁੰਦਾ ਮੈਂ ਦੋ ਤਿੰਨ ਦਿਨਾਂ
ਪਹਿਲਾਂ ਵੀ ਸੁਣਿਆ ਕਿਸੇ ਤੋਂ ਇਹ ਵਾਲਾ ਜਿਹੜਾ ਸਾਰਾ ਅੱਜ ਸੁਣਾ ਕੇ ਗਏ ਨੇ ਤੇ ਮੈਂ ਕਿਹਾ ਮੈਂ ਪੁੱਛੂਗੀ ਸਰੋਤਿਆਂ ਨੂੰ ਵੀ ਮੇਮਣੇ ਦੇ ਰੇਲੇ ਚ ਪਤਾ ਹੋਵੇ ਮੈਨੂੰ ਫਰਕ ਨੀ ਪਤਾ ਹੈਗਾ ਵੀ ਬਿਲਕੁਲ ਜੈਸੀ ਜੀ ਮੈਨੂੰ ਲੱਗਦਾ ਵੀ ਆਪਾਂ ਇੱਕ ਦਿਨ ਇਹ ਟੋਪਿਕ ਹੀ ਰੱਖ ਲਾਂਗੇ ਅੱਛਾ ਜੀ ਆ ਜਾਂਦੇ ਹਾਂ ਜੀ ਫੱਟੀਆਂ ਤੇ ਜਦੋਂ ਨਾ ਅਸੀਂ ਜਾਂਦੇ ਹੁੰਦੇ ਸੀ ਸਰਕਾਰੀ ਸਕੂਲ ਚ ਪ੍ਰਾਇਮਰੀ ਚ ਤਾਂ ਮੇਰੇ ਚਾਚੇ ਦੀ ਕੁੜੀ ਜੀ ਮੇਰੇ ਨਾਲ ਹੀ ਪੜ੍ਹਦੀ ਹੁੰਦੀ ਸੀ ਤਾਂ ਸਾਡੀ ਫੈਮਿਲੀ ਪਾਪਾ ਜੀ ਥੋੜੇ ਜਿਹੇ ਮਤਲਬ ਮਿਡਲ ਕਲਾਸ ਨੂੰ ਬਿਲੋਂਗ ਕਰਦੇ ਸੀ ਤੇ ਉਹ ਜਿਹੜਾ ਚਾਚਾ ਜੀ ਸੀਗੇ ਬੈਂਕ ਮੈਨੇਜਰ ਹਾਂਜੀ ਤੇ ਉਹਨਾਂ ਦੇ ਹਾਈ ਫਾਈ ਸੀਗਾ ਸਾਰਾ ਲੈਵਲ ਤੇ ਮੈਂ ਅੱਜ ਤੁਹਾਡੇ ਪ੍ਰੋਗਰਾਮ ਕਰਕੇ ਸੋਚਿਆ ਮੈਂ ਕਿਹਾ ਜੇ ਹੁਣ ਮੈਂ ਚਾਚਾ ਜੀ ਨੂੰ ਕਿਸੇ ਦਿਨ ਮਿਲਣ ਗਈ ਨਾ ਪੁੱਛਣਾ ਵੀ ਫਿਰ ਤੁਸੀਂ ਤਾਂ ਇੰਨੇ ਮਤਲਬ ਰੱਜਦੇ ਪੁੱਜਦੇ ਸੀ ਤੁਸੀਂ ਸਰਕਾਰੀ ਸਕੂਲ ਚ ਕਿਉਂ ਲਾਏ ਹੋਏ ਸੀ ਬੱਚੇ ਹੈ ਤੇ ਹੁਣ ਮੈਂ ਪੁੱਛੂਗੀ ਜਾ ਕੇ ਇੱਕ ਹੋਰ ਵੀ ਉਹ ਨਾ ਫਿਰ ਅਸੀਂ ਤਾਂ ਆਹ ਟਾਟ ਵਿਛਦੇ ਹੁੰਦੇ ਸੀਗੇ ਸਕੂਲ ਵੱਲੋਂ ਤੇ ਉਹ ਅਸੀਂ ਉੱਥੇ ਬਹਿੰਦੇ ਹੁੰਦੇ ਸੀ ਤੇ ਉਹ ਨਾ ਜਿਹੜੀ ਉਹ ਲੋਹੇ ਜਿਹੇ ਦੀ ਟਰੰਕੀ ਲੈ ਕੇ ਜਾਂਦੀ ਹੁੰਦੀ ਸੀਗੀ ਉਹਨਾਂ ਦੇ ਆਪਣੇ ਥਾਰ ਸੀਗੇ ਚਾਰ ਪੰਜ ਬੱਚੇ ਅਮੀਰਾਂ ਦੇ ਹੁੰਦੇ ਸੀਗੇ ਤਾਂ ਉਹ ਟਰੰਕੀ ਲੈ ਕੇ ਜਾਂਦੇ ਸੀ ਤੇ ਉਹਨਾਂ ਦੇ ਉੱਤੇ ਹੀ ਬਹਿ ਜਾਂਦੇ ਸੀਗੇ ਬੱਚੇ ਤੇ ਸਾਨੂੰ ਬੜੀ ਹੀਨਤਾ ਜੀ ਹੈ ਨਾ ਫੀਲ ਹੋਣੀ ਵੀ ਇਹ ਉੱਚੇ ਬੈਠੇ ਨੇ ਟੰਕੀਆਂ ਤੇ ਅਸੀਂ ਭੁੰਜੇ ਬੈਠੇ ਆ ਪਰ ਅੱਜ ਮੈਂ ਤੁਹਾਡੇ ਪ੍ਰੋਗਰਾਮ ਦੌਰਾਨ ਸੋਚਿਆ ਮੈਂ ਕਿਹਾ ਵਿਦਿਆ ਤਾਂ ਆਪਾਂ ਇੱਕੋ ਜਿਹੀ ਹਾਸਲ ਕੀਤੀ ਭਾਵੇਂ ਉਦੋਂ ਸਾਡਾ ਗਰੀਬੀ ਦਾ ਟਾਈਮ ਸੀਗਾ ਹੈ ਨਾ ਬਿਲਕੁਲ ਕਹਿੰਦੇ ਆ ਕਿ ਦਿਨ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ਆ ਸਮਾਂ ਜ਼ਰੂਰ ਬਦਲਦਾ ਤੁਹਾਡੇ ਕੋਲ ਗਿਆਨ ਜਿਹੜਾ ਹੈ ਨਾ ਜੇ ਹੈਗਾ ਉਸ ਤੋਂ ਵੱਡੀ ਜਿਹੜਾ ਕੋਈ ਵੀ ਦੌਲਤ ਨਹੀਂ ਹੋ ਸਕਦੀ ਹੈ ਸੋ ਗਿਆਨ ਦੀ ਦੌਲਤ ਹੈ ਤੇ ਮੈਨੂੰ ਲੱਗਦਾ ਵੀ ਦੁਨੀਆਂ ਚ ਆਪਾਂ ਸਭ ਤੋਂ ਅਮੀਰ ਆ ਸੋ ਗਿਆਨ ਬੰਦੇ ਦੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਨੂੰ ਲੱਗਦਾ ਭੈਣ ਨੇ ਮੇਰੇ ਮੈਨੂੰ ਛੋਟੀ ਸੀ ਹਾਲਾਂਕਿ ਮੇਰੇ ਤੋਂ ਤੇ ਉਹਨੇ ਕਹਿਣਾ ਵੀ ਤੂੰ ਕਲਾਸ ਚ ਨਾ ਮੈਨੂੰ ਕਿਸੇ ਨੂੰ ਇਹ ਨਾ ਦੱਸੀ ਵੀ ਸੀ ਆਪਾਂ ਭੈਣ ਆਇਆ ਵੇਖ ਲੋ ਵੀ ਟਾਈਮ ਟਾਈਮ ਦੀ ਗੱਲ ਹੈ ਬਿਲਕੁਲ ਕਿੰਨਾ ਦਿਲ ਨੂੰ ਹਨਾ ਬੰਦਾ ਬੱਚਾ ਹੀ ਹੁੰਦਾ ਪਰ ਫੇਰ ਵੀ ਹਨਾ ਸੱਟ ਤਾਂ ਲੱਗਦੀ ਹੀ ਹੈ ਨਾ ਸੱਟ ਲੱਗਦੀ ਬਿਲਕੁਲ ਕੁਝ ਬੋਲ ਅਜਿਹੇ ਹੁੰਦੇ ਆ ਜਿਨ੍ਹਾਂ ਦੇ ਜ਼ਖਮ ਸਾਡੇ ਦਿਲ ਤੇ ਛਪ ਜਾਂਦੇ ਨੇ ਸੋ ਬਿਲਕੁਲ ਤੁਸੀਂ ਅੱਜ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਵਧੀਆ ਲੱਗਿਆ ਪਰ ਹੁਣ ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਇੱਕ ਗੱਲ ਰਹਿ ਗਈ ਸੀ ਪੱਟੀ ਨਾ ਜਦੋਂ ਪਹੁੰਚਦੇ ਹੁੰਦੇ ਸੀ ਨਾ ਤੇ ਮੈਨੂੰ ਹਮੇਸ਼ਾ ਇਹੀ ਰਹਿੰਦਾ ਸੀ ਕੰਪਲੈਕਸ ਰਹਿੰਦਾ ਸੀਗਾ ਵੀ ਦੂਜਿਆਂ ਦੀਆਂ ਪੱਟੀਆਂ ਨਾ ਪੀਲੀਆਂ ਹੁਣ ਮੈਂ ਉਹਨਾਂ ਨੂੰ ਪੁੱਛਣਾ ਤੁਸੀਂ ਗਾਚਨੀ ਕਿੱਥੋਂ ਲੈ ਕੇ ਆਉਂਦੇ ਹੋ ਹਨਾ ਜੀ ਜੀ ਤੇ ਬਹੁਤ ਪੀਲੀਆਂ ਮੈਨੂੰ ਬੜਾ ਅਰਮਾਨ ਮੇਰੀ ਕਦੀ ਫੱਟੀ ਬਹੁਤੀ ਪੀਲੀ ਨੀ ਸੀ ਕੱਚੀ ਕੱਚੀ ਰਹਿ ਜਾਂਦੀ ਸੀ ਜੀ ਪਤਾ ਨੀ ਚਲੋ ਕੋਈ ਨੀ ਆਪਾਂ ਇਹਦਾ ਰਾਜ ਜ਼ਰੂਰ ਲੱਭਾਂਗੇ ਪਰ ਜੈਸੀ ਜੀ ਹੁਣ ਪ੍ਰੋਗਰਾਮ ਦਾ ਸਮਾਂ ਹੋ ਗਿਆ ਸਮਾਪਤ ਬਹੁਤ ਬਹੁਤ ਸ਼ੁਕਰੀਆ ਬਹੁਤ ਸੋਹਣੀਆਂ ਗੱਲਾਂ ਤੇ ਤਮਾਮ ਸਰੋਤੇ ਜਿਨ੍ਹਾਂ ਦੇ ਮੈਸੇਜ ਰਹਿ ਗਏ ਕਾਲਸ ਰਹਿ ਗਏ ਉਹਨਾਂ ਤੋਂ ਮੈਂ ਮਾਫੀ ਚਾਹਾਂਗੀ ਸੋ ਪ੍ਰੋਗਰਾਮ ਦੇ ਨਾਲ ਸਾਂਝ ਬਣਾਉਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸੋ ਯੂਟਿਊਬ ਦਾ ਲਿੰਕ ਜਦੋਂ ਵੀ ਤੁਹਾਡੇ ਕੋਲ ਰੇਡੀਓ ਚੰਨ ਪਰਦੇਸੀ ਦੇ ਕਿਸੇ ਵੀ ਪ੍ਰੋਗਰਾਮ ਦਾ ਪਹੁੰਚਦਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਫੰਡ ਰੇਜ਼ਿੰਗ ਡੇ ਜਿਹੜਾ ਰੇਡੀਓ ਚੰਨ ਪਰਦੇਸੀ ਦਾ ਚੱਲ ਰਿਹਾ ਸਭ ਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਜ਼ਰੂਰ ਰੇਡੀਓ ਚੰਨ ਪਰਦੇਸੀ ਨੂੰ ਸਹਿਯੋਗ ਕਰੋ ਸੋ ਤੁਹਾਨੂੰ ਇਹੀ ਗੁਜ਼ਾਰਿਸ਼ ਤੇ ਜੁੜੇ ਰਹੋ ਰੇਡੀਓ ਚੰਨ ਪਰਦੇਸੀ ਦੇ ਪ੍ਰੋਗਰਾਮ ਦੇ ਨਾਲ ਹੁਣ ਦਿਓ ਗਗਨਦੀਪ ਨੂੰ ਇਜਾਜ਼ਤ ਅੱਜ ਦਾ ਸੰਦੀਪ ਲਾਈਵ ਪ੍ਰੋਗਰਾਮ ਇੱਥੇ ਹੁੰਦਾ ਸਮਾਪਤ ਸੋ ਰੇਡੀਓ ਚੰਨ ਪਰਦੇਸੀ ਦੇ ਨਾਲ ਸਾਂਝ ਬਣਾਏ ਰੱਖਿਓ।